ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਭਰਾ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਆਪ ਜੀ ਨਾਲ ਹਾਜ਼ਰ ਹਾਂ। ਜਿਵੇਂ ਕਿ ਅਕਸਰ ਹੀ ਅਸੀਂ ਵਿਦਵਾਨਾਂ ਨੂੰ ਲਿਆ ਕੇ ਸੁਹਿਰਦ ਸੱਜਣਾਂ ਨੂੰ ਲਿਆ ਕੇ ਆਪ ਜੀ ਨਾਲ ਸਾਂਝ ਕਰਾਉਂਦੇ ਹਾਂ, ਸੋ ਉਸੇ ਲੜੀ ਦੇ ਵਿੱਚ ਅੱਜ ਮੇਰੇ ਨਾਲ ਸਾਡੇ ਨਿੱਘੇ ਦੋਸਤ, ਜਿਨ੍ਹਾਂ ਤੋਂ ਬਹੁਤ ਕੁਛ ਜ਼ਿੰਦਗੀ 'ਚ ਮੈਂ ਖੁਦ ਸਿੱਖਿਆ, ਉਹ ਸਾਡੇ ਨਾਲ ਆਏ ਨੇ। ਜਿਵੇਂ ਕਿ ਅਕਸਰ ਮੈਂ ਕਿਹਾ ਕਰਦਾ ਕਿ ਮਹਾਰਾਜ ਨੇ ਬਾਣੀ 'ਚ ਕਿਹਾ ਕਿ ਸੱਤੀ ਪਹਿਰੀਂ ਸੱਤ ਭਲਾ ਬਈਏ ਪੜ੍ਹਿਆ ਪਾਸ, ਸੋ ਇਹੋ ਜਿਹੇ ਸੱਜਣਾਂ ਨਾਲ ਬੈਠ ਕੇ ਇਹਨਾਂ ਦੀ ਗੱਲਬਾਤ ਦਾ ਲਾਹਾ ਲਈਏ। ਬਹੁਤ ਸਾਰੇ ਲੋਕ ਤੁਹਾਡੇ 'ਚੋਂ ਇਹਨਾਂ ਨੂੰ ਜਾਣਦੇ ਹੋਣਗੇ ਫੇਸਬੁੱਕ ਦੇ ਜ਼ਰੀਏ, ਭਾਈ ਸਰਜੀਤ ਸਿੰਘ ਜੀ ਵਿਰਕ, ਇਹ ਫੇਸਬੁੱਕ 'ਤੇ ਬਹੁਤ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ ਅਤੇ ਮੇਰੇ ਬਹੁਤ ਨਿੱਘੇ ਦੋਸਤ ਨੇ। ਅੱਜ ਇਹਨਾਂ ਨੇ ਇੱਕ ਕਿਤਾਬ ਲਿਖੀ ਹੈਗੀ ਹੈ ਜੀ, ਲਫ਼ਜ਼ਾਂ ਦੀ ਲੋ। ਇਸ ਕਿਤਾਬ ਦੇ ਸੰਦਰਭ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਬੜੀ ਪਿਆਰੀ ਕਿਤਾਬ ਆ, ਜਿਹੜੀਆਂ ਇਹਨਾਂ ਨੇ ਲਿਖਤਾਂ ਫੇਸਬੁੱਕ 'ਤੇ ਪਹਿਲਾਂ ਵੀ ਇਹਨਾਂ ਨੇ ਪਾਈਆਂ ਨੇ, ਉਹਨਾਂ ਦੇ ਵਿੱਚੋਂ ਹੀ ਇਹਨਾਂ ਦੇ ਚਾਹੁਣ ਵਾਲਿਆਂ ਨੇ ਕਿਤਾਬ ਦਾ ਰੂਪ ਦਿੱਤਾ ਹੈਗਾ। ਸੋ ਸਭ ਤੋਂ ਪਹਿਲਾਂ ਵੀਰ ਜੀ, ਆਪ ਜੀ ਦਾ ਪ੍ਰਾਈਮ ਏਸ਼ੀਆ ਦੇ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਲਫ਼ਜ਼ਾਂ ਦੀ ਲੋਕ ਬੜੀ ਖੂਬਸੂਰਤ ਕਿਤਾਬ ਤੁਸੀਂ ਲਿਖੀ ਹੈ, ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਾਈ ਆ ਜੀ। ਥੋੜ੍ਹਾ ਜਿਹਾ ਤਾਂ ਕਿ ਆਪਣੇ ਦਰਸ਼ਕ ਆਪਣੇ ਨਾਲ ਤੁਰ ਪੈਣ ਜੀ, ਆਪਣੇ ਬਾਰੇ ਦੱਸੋ ਥੋੜ੍ਹਾ ਜਿਹਾ। ਮੈਂ ਵੀਰ ਜੀ, ਮੇਰਾ ਤੁਹਾਨੂੰ ਸਭ ਪਤਾ ਜੀ, ਪੰਜਾਬ ਤੋਂ ਆਪਾਂ ਉੱਥੇ ਆਏ ਹੈਗੇ। ਮੈਂ ਆਪਣਾ 18 ਕੁ ਸਾਲ ਦਾ ਸੀਗਾ ਜਦੋਂ ਮੈਂ ਪਹਿਲਾਂ ਬਹੁਤ ਜੰਗ 'ਚ ਆ ਗਿਆ ਸੀ, ਅਤੇ ਪਤਾ ਨਹੀਂ ਮੇਰੀ ਪਹਿਲਾਂ ਤੋਂ ਹੀ ਸੀਗਾ ਰੀਸ ਸੀਗੀ ਕਿ ਮੈਂ ਸ਼ਾਇਦ ਪਤਾ ਨਹੀਂ ਬਾਹਰ ਜਾਣਾ ਜਾਂ ਕਿਤੇ ਮਤਲਬ ਇਸ ਧਰਤੀ ਤੋਂ ਪਰੇ ਜਾਣਾ। ਅੱਛਾ। ਅਤੇ ਕੋਈ ਇੱਦਾਂ ਦੀ, ਵੈਸੇ ਹੀ ਮੈਂ ਬਸ 18 ਸਾਲ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ, ਵੈਸੇ ਹੀ ਬਸ ਟਿਕਟ ਰੱਖੀ ਅਤੇ ਮੈਂ ਕੈਨੇਡਾ ਆ ਗਿਆ। ਅੱਛਾ ਜੀ। ਅਤੇ ਜਦੋਂ ਦਾ ਹੀ ਫਿਰ ਮੈਂ ਇੱਥੇ ਕੈਨੇਡਾ। ਠੀਕ ਹੈ ਜੀ। ਅਤੇ ਪੜ੍ਹਿਆ ਮੈਂ ਉੱਥੇ ਆਪਣੇ ਫਗਵਾੜੇ ਪੜ੍ਹਿਆ। ਅੱਛਾ ਜੀ। ਅਤੇ ਉੱਥੋਂ ਮੈਂ ਨੋਨ ਮੈਡੀਕਲ ਕਰਦਾ ਸੀਗਾ। ਪਿੰਡ ਕਿਹੜਾ ਜਮਣਾ? ਪਿੰਡ ਮੇਰਾ ਲੋਹਗੜ੍ਹ ਹੈ ਜੀ, ਅਪਰੇ ਦੇ ਨਾਲ। ਅੱਛਾ। ਡਿਸਟ੍ਰਿਕਟ ਜਲੰਧਰ। ਠੀਕ ਹੈ ਜੀ। ਅਤੇ ਜੇ ਆਪਾਂ ਗ੍ਰਾਂ ਤੋਂ ਬੰਗਿਆਂ ਨੂੰ ਜਾਈਏ ਨਾ ਈਸਟ ਵੱਲ ਨੂੰ, ਬਿਲਕੁਲ, ਅਤੇ ਉੱਥੋਂ 6 ਮੀਲ ਦੀ ਦੂਰੀ ਦੇ ਉੱਤੇ ਲੋਹਗੜ੍ਹ ਪਿੰਡ। ਠੀਕ ਹੈ ਜੀ। ਅਤੇ ਅਪਰੇ ਦੇ ਬਿਲਕੁਲ ਨਾਲ ਪੈਂਦਾ। ਠੀਕ ਹੈ ਜੀ। ਉੱਥੇ ਮੈਂ ਪ੍ਰਾਇਮਰੀ ਕੀਤੀ। ਠੀਕ ਹੈ ਜੀ। ਅਤੇ ਫਿਰ ਨਾਲ ਹੀ ਅਪਰਾ ਉੱਥੇ, ਫਿਰ ਮੈਂ ਮਿਡਲ ਸਕੂਲ ਉੱਥੇ ਕੀਤਾ ਅਤੇ ਨਾਲ ਹੀ ਇੱਕ ਹੋਰ ਸਕੂਲ ਆ DAV ਹਾਈ ਸਕੂਲ। ਅੱਛਾ ਜੀ। ਉੱਥੇ ਮੈਂ ਆਪਣੀ ਹਾਈ ਸਕੂਲ ਕੀਤਾ। ਠੀਕ ਹੈ ਜੀ। ਅਤੇ ਉਹ ਤੋਂ ਬਾਅਦ ਫਿਰ ਮੇਰਾ ਪਹਿਲਾਂ ਮੇਰਾ ਜੀ ਕੀਤਾ ਸੀ ਕਿ ਮੈਡੀਕਲ ਕਰਾਂ, ਫਿਰ ਮੈਨੂੰ ਕਹਿੰਦੇ ਕਿਸੀ ਤੂੰ ਨੋਨ ਮੈਡੀਕਲ ਕਰ ਲਾ। ਠੀਕ ਹੈ। ਅਤੇ ਮੈਂ ਨੋਨ ਮੈਡੀਕਲ ਸ਼ੁਰੂ ਕੀਤਾ ਅਤੇ ਉਹ ਫਿਰ ਮੈਂ 1 ਸਾਲ ਲਾ ਕੇ ਅਤੇ ਫਿਰ ਮੈਂ ਬਸ ਮੇਰਾ ਜੀ ਲੱਗਿਆ, ਫਿਰ ਮੈਂ ਕੈਨੇਡਾ ਹੀ ਆ ਗਿਆ। ਕਿੱਥੇ ਰਹੇ ਆ ਕੇ? ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਵੈਨਕੂਵਰ ਉਤਰਿਆ। ਅੱਛਾ ਜੀ। ਅਤੇ ਮੈਨੂੰ ਇਹ ਧਰਤੀ ਬੜੀ ਪਿਆਰੀ ਲੱਗੀ। ਇੱਕ ਕੁਦਰਤੀ ਅਕਤੂਬਰ ਦਾ ਮਹੀਨਾ ਸੀਗਾ ਅਤੇ ਉਹ ਪੱਤੇ, ਉਹ ਕੁਦਰਤ, ਮੈਨੂੰ ਬਸ ਮੈਂ ਸੋਚਿਆ ਸੀ ਬਸ ਜਿੱਥੇ ਆਉਣਾ ਸੀ ਮੈਂ ਨੈਚੁਰਲ ਬਿਊਟੀ ਬਹੁਤ ਹੀ। ਅਤੇ ਉਹ ਤੋਂ ਬਾਅਦ ਫਿਰ ਮੇਰਾ ਵਿਆਹ ਹੋ ਗਿਆ ਅਤੇ ਅਸੀਂ ਫਿਰ, ਸਾਡੇ ਰਿਸ਼ਤੇਦਾਰ ਸੀ ਉੱਥੇ ਮਾਈਂ 'ਚ ਕੰਮ ਕਰਦੇ ਸੀਗੇ, ਇੱਥੋਂ 650 ਮੀਲ ਦੀ ਦੂਰੀ 'ਤੇ ਹੈਗਾ ਐਲਕਫੋਰਡ। ਅੱਛਾ ਜੀ। ਅਤੇ ਕੈਲਗਰੀ ਦੇ ਨੇੜੇ? ਕੈਲਗਰੀ ਤੋਂ 200 ਮੀਲ 'ਤੇ ਪੈਂਦਾ, 3.5 ਘੰਟੇ ਦੀ ਡਰਾਈਵ ਆ। ਠੀਕ ਹੈ। ਅਤੇ ਇਹ ਅਲਬਰਟਾ ਦੇ ਬਾਰਡਰ ਹੈ BC ਵਿੱਚ, ਪਰ ਅਲਬਰਟਾ ਬਾਰਡਰ 'ਤੇ ਆ। ਠੀਕ ਹੈ। ਅਤੇ ਉੱਥੇ ਵੀ ਮੈਨੂੰ ਉਹ ਜਦੋਂ ਅਸੀਂ ਉਸ ਸ਼ਹਿਰ ਵਿੱਚ ਗਏ, ਉਹ ਬੜਾ ਪਹਾੜੀ ਰਮਣੀਕ ਮਤਲਬ ਧਰਤੀ ਸੀ, ਬੜੇ ਸਾਰੇ ਪਾਸੇ ਪਹਾੜੀ ਪਹਾੜ ਜੀ, ਅਤੇ ਮੇਰਾ ਉੱਥੇ ਬੜਾ ਵੀ ਜੀ ਲੱਗਿਆ। ਕੁਦਰਤੀ ਕੈਨੇਡਾ ਵੈਸੇ ਹੀ ਬਹੁਤ ਸੋਹਣਾ, ਸਾਰੀ ਧਰਤੀ ਬਹੁਤ ਸੋਹਣੀ, ਜਿੱਥੇ ਮਰਜ਼ੀ ਤੁਸੀਂ ਰਹਿ ਲਓ ਸਾਰੀ ਧਰਤੀ ਸੋਹਣੀ ਆ। ਅਤੇ ਉੱਥੇ ਫਿਰ ਮੈਂ ਮਾਈਨ 'ਚ ਕੰਮ ਸ਼ੁਰੂ ਕੀਤਾ, ਮਾਈਨ ਦੇ ਵਿੱਚ ਫਿਰ ਮੈਂ 27-28 ਸਾਲ ਲਾਏ ਉੱਥੇ। ਅੱਛਾ। ਉੱਥੋਂ ਫਿਰ ਅਸੀਂ, ਫਿਰ ਮੈਂ ਸੋਚਿਆ ਨਹੀਂ ਹੁਣ ਜਿੱਦਾਂ ਹੁੰਦੀ ਨਾ ਜਦੋਂ ਤੁਹਾਡੇ 'ਤੇ 30-40 ਸਾਲ ਦਾ ਉਦੋਂ ਬੰਦਾ ਹੁੰਦਾ ਵੀ ਮੈਂ ਆਪਣਾ ਗਰੋਥ ਚਾਹੀਦੀ ਆ, ਮਨੁੱਖ ਨੂੰ ਹਰ ਮਨੁੱਖ ਨੂੰ ਗਰੋਥ ਚਾਹੀਦੀ ਆ। ਫਿਰ ਮੈਂ ਸੋਚਿਆ ਕਿ ਛੋਟੇ ਟਾਊਨ ਦੇ ਵਿੱਚ ਮੈਨੂੰ ਓਪਰਚੁਨਿਟੀ ਹੈ ਨਹੀਂ ਕਿ ਮੈਂ ਇੱਥੋਂ ਅੱਗੇ ਜਾਣਾ ਕੁਛ ਵਧਣਾ ਜੀ। ਉੱਥੋਂ ਫਿਰ ਅਸੀਂ ਕੈਲਗਰੀ ਚਲੇ ਗਏ। ਅੱਛਾ। ਕੈਲਗਰੀ ਅਸੀਂ 4 ਸਾਲ ਰਹੇ। ਅੱਛਾ। 4 ਸਾਲ ਰਹੇ ਅਤੇ ਫਿਰ ਇੰਡੀਆ ਤੋਂ ਬੜੂ ਸਾਹਿਬ ਤੋਂ ਬੱਚੇ ਆਏ। ਅੱਛਾ। ਉਹ ਸਾਡੇ ਘਰੇ ਠਹਿਰੇ, ਮਤਲਬ ਉਹਨਾਂ ਬੱਚਿਆਂ ਨੂੰ ਦੇਖ ਕੇ ਮੇਰਾ ਮਨ, ਕਿਉਂਕਿ ਉਹ ਸਾਡੇ ਬੱਚੇ ਹੋ ਚੁੱਕੇ ਸੀ, ਦੋ ਬੱਚੇ ਸੀ ਸਾਡੇ, ਦੋ ਮੁੰਡੇ ਨੇ ਮੇਰੇ, ਅਤੇ ਮੇਰਾ ਬੜਾ ਜੀ ਕੀਤਾ ਕਿ ਮੈਂ ਉਹਨਾਂ ਨੂੰ, ਇਹੋ ਜਿਹੇ ਬੱਚੇ ਇੱਥੇ ਕੈਨੇਡਾ ਵਿੱਚ ਸ਼ਾਇਦ ਮੈਂ ਉਹਨਾਂ ਨੂੰ ਪੰਜਾਬੀ ਨਾ ਪੜ੍ਹਾ ਸਕਾਂ ਜਾਂ ਉਹਨਾਂ ਨੂੰ ਉਹ ਚੀਜ਼ ਨਾ ਦੇ ਸਕਾਂ ਜਿਹੜੀ ਮੇਰੀ ਰੀਝ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਦੇਵਾਂ। ਅਤੇ ਮੇਰਾ ਇੱਕਦਮ ਫੈਸਲਾ ਬਣਿਆ ਕਿ ਮੈਂ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ, ਅਤੇ ਮੇਰੇ ਨਾਲ ਦੋ ਬੱਚੇ ਮੇਰੇ ਦੋਸਤ ਦੇ ਸੀਗੇ, ਇੱਕ ਹੋਰ ਕੁੜੀ ਸੀ ਕਿਸੇ ਦੀ, ਅਤੇ ਮੈਂ ਇੱਕ ਸਾਵਾ ਕੁਛ ਵੇਚ ਪੂਛ ਕੀਤੇ ਆਪਣਾ ਬੱਚਿਆਂ ਨੂੰ ਲੈ ਕੇ ਬੜੂ ਸਾਹਿਬ ਚਲੇ ਗਿਆ। ਅੱਛਾ ਜੀ। ਉਹ ਬੜੀ ਲੰਮੀ ਕਹਾਣੀ ਆ ਉਹਦੀ, ਉਹ ਵੀ ਬੜਾ ਉੱਥੇ ਇੰਟਰਸਟਿੰਗ ਜਿਹਾ ਟ੍ਰਿਪ ਸੀਗਾ। ਗਰਮੀਆਂ ਦਾ ਮਹੀਨਾ ਸੀਗਾ ਅਤੇ ਉੱਥੇ ਜਦੋਂ ਮੈਂ ਜਾ ਕੇ ਦੇਖਿਆ, ਉਹ ਫਿਰ
ਜਿਹੜੀ ਤੁਸੀਂ ਦੂਰੋਂ ਚੀਜ਼ ਦੇਖਦੇ ਹੋ ਉਹਦੀ ਪਿਕਚਰ ਜਿਹੜੀ ਤੁਹਾਨੂੰ ਦਿਖਾਈ ਜਾਂਦੀ ਆ ਨਾ, ਉਹ ਜਦੋਂ ਤੁਸੀਂ ਉੱਥੇ ਜਾ ਕੇ ਦੇਖਦੇ ਆ ਫਿਰ ਉਹ ਮੇਰਾ ਮਨ ਨਹੀਂ ਲੱਗਿਆ ਨਹੀਂ ਉਹ ਇਹ ਉਹ ਚੀਜ਼ ਨਹੀਂ ਹੈਗੀ। ਬੱਚੇ ਵੀ ਮੈਨੂੰ ਇੱਕ ਵਿੱਚ ਮੈਂ ਤੁਹਾਨੂੰ ਟੋਕਾਂ, ਮੈਨੂੰ ਦੱਸੋ ਵੀ ਸਿੱਖੀ ਦੇ ਵਿੱਚ ਤੁਸੀਂ ਇੰਡੀਆ ਤੋਂ ਹੀ ਸਿੱਖੀ 'ਚ ਸੀ ਜਾਂ ਫਿਰ ਇੱਥੇ ਆ ਕੇ ਸਫ਼ਰ ਸ਼ੁਰੂ ਹੋਇਆ? ਵੀਰ ਜੀ ਇਹ ਇੱਕ ਬਸ ਲੱਗ ਗਈ ਦੀ ਗੱਲ ਆ ਮੈਨੂੰ ਸਿੱਖੀ ਦਾ, ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਅਸੀਂ ਤਾਂ ਮੇਰੇ ਤਾਂ ਮਾਂ ਬਾਪ ਨੂੰ ਪੜ੍ਹ ਸੀ ਅਤੇ ਸਿੱਖੀ ਦਾ ਤਾਂ ਸਿਰਫ਼ ਉਹਨਾਂ ਨੂੰ ਮੇਰੀ ਮਾਂ ਤਾਂ ਇੱਕ ਹੁੰਦਾ ਸੀ ਮੇਰਾ ਉਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ, ਉਹਦੀ ਸਿਰਫ ਇੰਨੀ ਉਹ ਸਿੱਖੀ ਸੀ ਅਨੰਦਪੁਰ ਜਾਣਾ ਅਨੰਦਪੁਰ ਤੋਂ ਆ ਜਾਣਾ। ਬਾਕੀ ਜਿਵੇਂ ਆਮ ਪੰਜਾਬ ਦੇ ਵਿੱਚ ਲੋਕ ਮੰਨਦੇ ਨੇ ਸਾਰੇ ਕੁਛ ਹਿੰਦਾਂ ਨੂੰ ਮੰਨਦੇ, ਉਹ ਵੀ ਇਵੇਂ ਹੀ ਸੀਗੇ ਅਤੇ ਮੈਂ ਵੀ ਉਹਨਾਂ ਦਾ ਬੱਚਾ ਸੀਗਾ ਅਤੇ ਮੈਂ ਫਿਰ ਥੋੜ੍ਹਾ ਬਹੁਤ ਪ੍ਰੀਤ ਰੜੀ ਪੜ੍ਹਨ ਲੱਗਿਆ ਅਤੇ ਇਸ ਤਰ੍ਹਾਂ ਦੇ ਮੇਰੇ ਆਪਣੇ, ਮੈਂ ਥੋੜ੍ਹਾ ਬਹੁਤ ਨਾਸਤਿਕ ਵੀ ਬਣ ਗਿਆ ਅਤੇ ਆਪਣੇ ਆਪ ਨੂੰ ਕਿ ਮੈਂ ਹੁਣ ਉੱਚੇ ਖਿਆਲਾਂ ਵਾਲਾ ਬਣ ਗਿਆ ਹੈ ਨਾ। ਅਤੇ ਉਹ ਫਿਰ ਇੱਕ ਦਿਨ ਵਾਈਫ ਨੇ ਇੱਕ ਟੇਪ ਲਾਈ, ਉਹ ਮੈਂ ਸਵੇਰੇ ਕੰਮ 'ਤੇ ਜਾਣ ਲੱਗਿਆ, ਮਈ ਨੂੰ ਜਾਣਾ ਸੀਗਾ। ਇਹਨੂੰ ਪਤਾ ਨਹੀਂ ਇਹਨੂੰ ਕਿਸੇ ਨੇ ਦਿੱਤੀ ਸੀ, ਇਹਨੇ ਸ਼ਬਦ ਉਹ ਲੱਗਿਆ, ਸੋਈ ਧਿਆਈਏ ਜਿਹੜੇ ਸਿਰ ਸ਼ਾਹਾਂ ਪਾਤਸ਼ਾਹ। ਬਸ ਤੁਸੀਂ ਐਂ ਕਹਿ ਲਓ ਕਿ ਉਹ ਪਤਾ ਨਹੀਂ ਉਹ 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 ਗੁਰਬਾਣੀ ਦੀ ਉਹ ਇਸ ਕਲਾਈਨ ਨੇ ਮੈਨੂੰ ਕੀ ਕੀਤਾ, ਮੈਂ ਤਾਂ ਉੱਥੇ ਡਿੱਗਿਆ। ਅੱਛਾ ਜੀ। ਮੈਂ ਫਿਰ ਰੋਣਾ ਸ਼ੁਰੂ ਕਰ ਦਿੱਤਾ, ਮੈਂ ਬਹੁਤ ਰੋਇਆ। ਅੱਛਾ ਜੀ। ਅਤੇ ਮੈਂ ਕੰਮ ਤੋਂ ਵੀ ਥੋੜ੍ਹਾ ਲੇਟ ਹੋ ਗਿਆ ਅਤੇ ਫਿਰ ਮੇਰਾ ਜੀ ਕੀਤਾ ਕਿ ਮੈਂ ਇਸ ਪਾਸੇ ਇਹ ਹੈ ਕੀ ਚੀਜ਼ ਆ, ਮੈਨੂੰ ਲੱਭਾਂ। ਫਿਰ ਅਸੀਂ ਮੈਂ ਫਿਰ ਹੋਰ ਤਾਂ ਟੇਪਾਂ ਲੱਭਣੀਆਂ ਸ਼ੁਰੂ ਕੀਤੀਆਂ, ਉਦੋਂ ਉਸ ਇਹ ਹੈਗੀ 76 ਦੀ ਗੱਲ ਰਾਈਟ। ਅਤੇ ਫਿਰ ਮੈਂ ਟੇਪਾਂ ਕਿੱਥੇ ਉਦੋਂ ਸੀਗੀਆਂ ਕੁਛ ਮਿਲਦਾ ਸੀ, ਇੱਕ ਛੋਟੇ ਟਾਊਨ 'ਚ ਅਸੀਂ ਰਹਿੰਦੇ ਸੀਗੇ ਅਤੇ ਅਸੀਂ ਲੱਭਣੀਆਂ ਸ਼ੁਰੂ ਕੀਤੀਆਂ। ਫਿਰ ਮੈਨੂੰ ਇੱਕ ਰਾੜੇ ਵਾਲੇ ਸੰਤਾਂ ਦੀ ਟੇਪ ਮਿਲੀ, ਇੰਗਲੈਂਡ ਤੋਂ ਕਿਸੇ ਨੇ ਭੇਜੀ, ਉਹ ਮੈਂ ਉਹਨੂੰ ਵਾਰ ਵਾਰ ਸੁਣਦਾ ਰਿਹਾ। ਫਿਰ ਮੈਨੂੰ ਕਿਤਾਬਾਂ, ਮੈਂ ਸੋਚਿਆ ਵੀ ਟੇਪਾਂ ਤਾਂ ਮਿਲੀਆਂ ਨਹੀਂ, ਕਿਤਾਬਾਂ ਲੱਭੀਆਂ। ਫਿਰ ਮੈਂ ਭਾਈ ਵੀਰ ਸਿੰਘ ਦੀਆਂ ਕਿਤਾਬਾਂ ਮੰਗਾਈਆਂ, ਫਿਰ ਅਸੀਂ ਪੜ੍ਹਨਾ ਸ਼ੁਰੂ ਕੀਤਾ ਅਤੇ ਉਹਦੇ ਵਿੱਚ ਇੱਕ ਕਿਤਾਬ ਦੇ ਵਿੱਚ ਸ਼ਾਇਦ ਸੰਤ ਬਿਮਲਾ ਸਿੰਘ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਸੰਤਾਂ ਦੀ, ਉਹ ਕਰ ਰਹੇ ਨੇ ਗੱਲ, ਉਹ ਕਹਿੰਦੇ ਉਹ ਗੱਲ ਕਰ ਰਹੇ ਕਿ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ, 40 ਦਿਨ ਪਾਠ ਕਰ ਜੀ। ਉਹ ਕਹਿੰਦਾ ਜੀ ਫਿਰ ਕੀ ਹੋਊਗਾ? ਉਹ ਕਹਿੰਦੇ ਉਹ ਕਰਕੇ ਦੇਖ ਲਾ ਜੀ। ਮੈਂ ਕਿਤਾਬ ਉੱਥੇ ਰੱਖਤੀ ਜੀ। ਮੈਂ ਕਿਹਾ ਹੁਣ ਇਹ ਕਿਤਾਬ ਨਹੀਂ ਰਹੀ, ਹੁਣ ਇਹ ਸੰਤਾਂ ਦੀ ਗੱਲ ਹੋ ਗਈ, ਹੁਣ ਮੈਂ ਕਰਕੇ ਵੇਖ, ਮੈਂ ਕਰਕੇ ਦੇਖਣਾ। ਅੱਛਾ। ਮੈਂ ਫਿਰ ਸੁਖਮਨੀ ਸਾਹਿਬ ਦਾ ਗੁਟਕਾ ਸੀ ਕੁਦਰਤੀ ਘਰੇ ਅਤੇ ਮੈਂ 40 ਦਿਨ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ। ਹੁਣ ਇਹ ਗੱਲਾਂ ਕਈ ਵਾਰੀ ਦੇਖੋ ਇਹ ਆਪਣਾ ਵਿਸ਼ਵਾਸ ਹੁੰਦਾ, ਬਿਲਕੁਲ ਜੀ, ਹਾਂਜੀ, ਕਈ ਲੋਕ ਇਸ ਚੀਜ਼ ਨੂੰ ਸ਼ਾਇਦ ਹੋਰ ਨਾ ਮੰਨਣ ਜਾਂ ਕੋਈ, ਇਹ ਮੇਰੀ ਆਪਣੀ ਬੀਤੀ ਹੋਈ ਗੱਲ ਆ, ਕਿਸੇ ਦੀ ਗੱਲ ਹੈ, ਬਿਲਕੁਲ ਜੀ। ਮੈਂ 40 ਦਿਨ ਹਾਲੇ ਪੂਰੇ ਨਹੀਂ ਸੀ ਹੋਏ ਅਤੇ ਮੈਨੂੰ ਇੱਕ ਦਿਨ ਇਉਂ ਲੱਗਿਆ ਵੀ ਜਿਵੇਂ ਗੁਰੂ ਸਾਹਿਬ ਦੀ ਮੈਨੂੰ ਇੱਕ ਜਿੱਦਾਂ ਪ੍ਰੈਜੈਂਸ ਫੀਲ ਹੋਈ, ਝਲਕ ਪੈ ਗਈ, ਝਲਕ ਪਈ। ਕੋਈ ਇਹ ਨਹੀਂ ਕਿ ਫਿਜ਼ੀਕਲ ਰੂਪ ਦੇ ਵਿੱਚ ਜਾਂ ਕੋਈ ਮੈਨੂੰ ਉਹਨਾਂ ਨੇ ਮੇਰੇ ਕੋਲ ਉਹਨਾਂ ਦੀ ਸ਼ਕਲ ਸੀ ਜਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਕੋਲ ਖੜੇ ਨੇ ਜੀ। ਮੈਨੂੰ ਕਹਿੰਦੇ ਹੁਣ ਤੂੰ ਨਾ ਪਾਠ ਕਰੋ, ਜਿਹੜੀ ਅਖੰਡ ਪਾਠ ਕਰੋ। ਅੱਛਾ ਜੀ। ਮੈਂ ਸੋਚਿਆ ਵੀ ਅਖੰਡ ਪਾਠ, ਅੱਛਾ। ਮੈਂ ਫਿਰ ਉਹ 40 ਦਿਨ ਤਾਂ ਕੀਤਾ, ਫਿਰ ਮੈਂ ਘਰੇ ਗੱਲ ਕੀਤੀ, ਸਾਡੇ ਕੋਲ ਮਹਾਰਾਜ ਦੇ ਸਰੂਪ ਨਹੀਂ ਸੀ, ਕੋਈ ਗੁਰਦੁਆਰਾ ਨਹੀਂ ਸੀ ਉਦੋਂ ਹੁੰਦਾ, ਕਿਤੇ ਵੀ ਨਹੀਂ ਹੁੰਦਾ। ਅਸੀਂ ਵੈਨਕੂਵਰ ਫੋਨ ਕੀਤੇ, ਸਾਰਿਆਂ ਨੂੰ ਫੋਨ ਕੀਤੇ ਕਿ ਸਾਨੂੰ ਦੱਸੋ ਅਖੰਡ ਪਾਠ ਕਿਵੇਂ ਕਰੀਦਾ ਜੀ। ਉਹ ਕਹਿੰਦੇ ਵੀ ਇਸ ਤਰ੍ਹਾਂ ਹੁੰਦਾ, 48 ਘੰਟੇ 'ਚ ਕਰਨਾ ਹੁੰਦਾ ਅਤੇ ਇਸ ਤਰ੍ਹਾਂ ਹੁੰਦਾ ਸਾਰਾ। ਉਹਨਾਂ ਨੇ ਸਾਨੂੰ ਚਿੱਠੀ ਲੈ ਕੇ ਭੇਜੀ, ਪੇਪਰ ਭੇਜਿਆ। ਫਿਰ ਅਸੀਂ ਕਿਹਾ ਇਸ ਤਰ੍ਹਾਂ ਸਾਡੇ ਤਾਂ ਔਖਾ। ਫਿਰ ਸਾਨੂੰ ਦੋ ਭਾਗਾਂ ਦੇ ਵਿੱਚ ਸਰੂਪ ਮਿਲਿਆ, ਵੱਡਾ ਸਰੂਪ ਨਹੀਂ ਸੀਗਾ, ਸੈਂਚੀਆਂ 'ਚ ਮਿਲਿਆ ਅਤੇ ਅਸੀਂ ਅਰਦਾਸ ਕੀਤੀ ਮਹਾਰਾਜ ਦੇ ਪਾਤਸ਼ਾਹ ਵੀ ਅਸੀਂ ਪੜ੍ਹਾਂਗੇ ਇਹਨੂੰ ਲਗਾਤਾਰ ਅਖੰਡ ਪਾਠ ਵਾਂਗੂ, ਪਰ ਅਰਦਾਸ ਹੈਗੀ ਸਾਡੀ ਸਹਿਜ ਪਾਠ ਦੀ। ਠੀਕ ਹੈ ਜੀ। ਹੈ ਨਾ, ਕਿਉਂਕਿ ਸਾਡੇ ਤੋਂ ਹੋਣਾ ਨਹੀਂ ਹੋਣਾ ਨਹੀਂ। ਠੀਕ ਹੈ। ਅਤੇ ਅਸੀਂ ਉਹ ਕੁਦਰਤੀ ਕ੍ਰਿਸਮਸ ਦੀਆਂ ਛੁੱਟੀਆਂ ਸੀ, ਆਹੀ ਸਮਾਂ ਸੀ ਅੱਜ ਕੱਲ੍ਹ ਦਾ ਕ੍ਰਿਸਮਸ ਦੀਆਂ ਛੁੱਟੀਆਂ ਸੀਗੀਆਂ ਅਤੇ ਅਸੀਂ ਉਹ ਪੜ੍ਹਨਾ ਸ਼ੁਰੂ ਕੀਤਾ ਅਤੇ ਟਾਊਨ ਦੇ ਹੋਰ ਸ਼ਹਿਰ ਦੇ ਲੋਕ ਵੀ ਆ ਗਏ। ਠੀਕ ਹੈ ਜੀ। ਉਹ ਲਗਾਤਾਰ ਪੜ੍ਹੀ ਗਿਆ ਸੀ, ਜਿਹੜਾ ਮਰਜ਼ੀ ਪੜ੍ਹੇ ਉਦੋਂ ਕੋਈ ਸਾਡੇ ਨਾਲ ਰਹਿਤ ਮਰਿਆਦਾ ਦਾ ਪਤਾ ਸੀ ਨਾ, ਸਾਨੂੰ ਪਤਾ ਸੀ ਸਾਰੇ ਸ਼ਹਿਰ ਸ਼ਰਧਾ ਭਾਵਨਾ ਨਾਲ ਪੜ੍ਹੀ ਗਏ ਅਤੇ ਉਹ ਅਸੀਂ ਥੋੜ੍ਹਾ ਜਿਹਾ ਸਾਡੇ ਕੋਲੋਂ ਪਾਠ ਰਹਿ ਗਿਆ 5-4 ਘੰਟੇ ਦਾ। ਠੀਕ ਹੈ। ਅਤੇ ਉਹ ਅਸੀਂ ਨਿਊ ਈਅਰ ਦੇ ਉੱਤੇ ਉਹ ਭੋਗ ਪਾਉਣ ਦੀ ਸੋਚ ਲਈ ਪਾਇਆ। ਠੀਕ ਹੈ। ਉਹਦਾ ਤੁਸੀਂ ਇੱਕ ਉਹ ਜਿਹੜਾ ਇਨਵਾਇਰਮੈਂਟ ਸੀ ਜਾਂ ਉਹ ਜਿਹੜੀ ਫੀਲਿੰਗ ਸੀ ਜਾਂ ਉਹ ਜਿਹੜਾ ਸਮਾਂ ਸੀ ਉਹ ਮੈਂ ਜ਼ਿੰਦਗੀ ਵਿੱਚ ਕਦੀ ਦੁਬਾਰਾ ਮਹਿਸੂਸ ਨਹੀਂ ਕੀਤਾ ਜਾਂ ਉਹ ਇਹੋ ਜਿਹਾ ਰੰਗ ਵਰਤਿਆ ਸ਼ਹਿਰ ਦੇ ਵਿੱਚ, ਉਹ ਸਾਰਿਆਂ ਨੇ ਮਹਿਸੂਸ ਕੀਤਾ ਵੀ ਇਹ ਕੀ ਚੀਜ਼ ਹੋਈ। ਫਿਰ ਸਾਰੇ ਕਹਿੰਦੇ ਵੀ ਇੱਦਾਂ ਆਪਾਂ ਕਰਿਆ ਕਰੀਏ ਜੀ। ਫਿਰ ਸਾਰਿਆਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਭਾਈ ਵੀਰ ਸਿੰਘ ਸੀ ਰੋਜ਼ ਇੱਕ ਘੰਟਾ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਕਿਤਾਬ ਪੜ੍ਹਦੇ ਹੁੰਦੇ ਸੀ। ਫਿਰ ਅਸੀਂ ਕਿਹਾ ਰੋਜ਼ ਤਾਂ ਇਹ ਔਖਾ, ਚਲੋ 20 ਘੰਟੇ ਆਪਾਂ 3-3 ਕਰਿਆ ਕਰਾਂਗੇ। ਸਾਰਾ ਸ਼ਹਿਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਫਿਰ ਅਸੀਂ ਇੱਕ ਘੰਟਾ ਜਾਂ ਕਿਤਾਬ ਪੜ੍ਹਨੀ ਜਾਂ ਅੱਖ ਅਸੀਂ ਕੋਈ ਟੇਪ ਲਾ ਲੈਣੀ, ਇਸ ਤਰ੍ਹਾਂ ਕਰਦੇ ਕਰਦੇ ਫਿਰ ਉਹ ਅੱਗੇ ਗੱਲ ਚੱਲੀ ਆ। ਬੜੀ
ਲੰਬੀ ਕਹਾਣੀ ਹੈ। ਠੀਕ ਹੈ ਜੀ, ਹੁਣ ਆਪਾਂ ਕਿਤਾਬ 'ਤੇ ਆਈ ਲਫਜ਼ਾਂ ਦੀ ਲੋਅ ਜੀ। ਇਹ ਤੁਸੀਂ ਮੈਂ ਜਿੰਨੀ ਕੁ ਮੈਂ ਪੜ੍ਹੀ ਹੈ ਇਹਦੇ ਵਿੱਚ ਕਾਫ਼ੀ ਲਿਖਤਾਂ ਮੈਂ ਤੁਹਾਡੀਆਂ ਪਹਿਲਾਂ ਫੇਸਬੁੱਕ 'ਤੇ ਪੜ੍ਹੀਆਂ ਹੋਈਆਂ ਨੇ ਜਾਂ ਆਪਣੀ ਤਾਂ ਗੱਲਬਾਤ ਦੇ ਵਿੱਚ ਵੀ ਬਹੁਤ ਵਾਰੀ ਇਹ ਜ਼ਿਕਰ ਚੱਲੇ ਨੇ ਜੀ। ਸੋ ਫੇਸਬੁੱਕ ਦੀਆਂ ਪੋਸਟਾਂ ਤੋਂ ਕਿਤਾਬ ਤੱਕ ਦਾ ਜਿਹੜਾ ਸਫ਼ਰ ਆ ਜੀ, ਇਹ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਕਿ ਫੇਸਬੁੱਕ ਤੋਂ ਪਾਈਆਂ ਹੋਈਆਂ ਪੋਸਟਾਂ ਤੋਂ ਕਿਤਾਬ ਤੱਕ ਦਾ ਸਫ਼ਰ ਕਿਸ ਤਰ੍ਹਾਂ ਤੈਅ ਕੀਤਾ ਵੀਰ ਜੀ ਉਹਨਾਂ ਨੇ, ਅਤੇ ਇਸ ਕਿਤਾਬ ਦੇ ਵਿੱਚ ਕੀ ਆ ਅਤੇ ਕਦੋਂ ਇਹ ਕਿਤਾਬ ਰਿਲੀਜ਼ ਹੋਣੀ ਆ। ਛੋਟੀ ਜਿਹੀ ਬ੍ਰੇਕ, ਹੁਣੇ ਵਾਪਸੀ। ਪ੍ਰਾਈਮ ਏਸ਼ੀਆ ਟੀ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਗੱਲਬਾਤ ਕਰ ਰਹੇ ਹਾਂ ਭਾਈ ਸੁਰਜੀਤ ਸਿੰਘ ਜੀ ਵਿਰਕ, ਜਿਨ੍ਹਾਂ ਨੇ ਕਿਤਾਬ ਲਿਖੀ ਆ ਲਫਜ਼ਾਂ ਦੀ ਲੋਅ। ਵੀਰ ਜੀ, ਜਦੋਂ ਮੈਂ ਕਿਤਾਬ ਦਾ ਹੈਡਿੰਗ ਪੜ੍ਹਦਾ ਲਫਜ਼ਾਂ ਦੀ ਲੋਅ, ਲੋਅ ਜੋਤ ਦੀ ਆ, ਦੀਵੇ ਦੀ ਆ, ਬੱਲਬ ਦੀ ਆ ਜੀ, ਲਫਜ਼ਾਂ ਦੀ ਕੀ ਲੋਅ ਆ? ਲਫਜ਼ਾਂ ਦੀ ਲੋਅ, ਦੇਖੋ ਪਹਿਲਾਂ ਆਪਾਂ ਨੂੰ ਲਫਜ਼ ਲੱਭਣਾ ਪਊ, ਲਫਜ਼ ਹੈ ਕੀ ਚੀਜ਼, ਲਫਜ਼ ਬਣਿਆ ਕਿੱਥੋਂ ਆ, ਲਫਜ਼ ਦਾ ਜਿਹੜੀ ਬੈਕਗਰਾਊਂਡ ਆ ਇਹਦੇ ਵਿੱਚ ਕੀ ਚੀਜ਼ ਆ ਜੀ, ਹੈ ਨਾ। ਦੇਖੋ ਗੁਰੂ ਸਾਹਿਬ ਨੇ ਸ਼ਬਦ ਕਿਹਾ ਜੀ, ਸ਼ਬਦ ਸ਼ਬਦ, ਉਹਨਾਂ ਨੇ ਸਾਰੀ ਚੀਜ਼ ਨੂੰ ਸ਼ਬਦ ਦੀ ਗੱਲ ਕੀਤੀ ਹੈ ਕਿ ਸ਼ਬਦ ਨਾਲ ਜੁੜੋ ਜੀ, ਰਾਈਟ, ਸ਼ਬਦ ਹੀ ਗੁਰੂ ਆ, ਸ਼ਬਦ ਹੀ ਗੁਰੂ ਆ, ਸ਼ਬਦ ਹੀ ਸਾਰਾ ਕੁਛ, ਸ਼ਬਦ ਬਿਲਕੁਲ। ਇਹਨੂੰ ਸ਼ਬਦ ਨੂੰ ਸਮਝਣ ਵਾਸਤੇ ਸਾਨੂੰ ਆਪਣੀ ਹੋਂਦ ਨੂੰ ਮਿਟਾਉਣਾ ਪਊ ਜੀ। ਹੁਣ ਅਸੀਂ ਆਪਣੀ ਸੋਚ ਵਿੱਚ ਹੈਗੇ ਹਾਂ, ਇਹਦੇ ਤੋਂ ਸਾਨੂੰ ਬਾਹਰ ਨਿਕਲ ਕੇ ਫਿਰ ਪਤਾ ਲੱਗੂ ਸ਼ਬਦ ਹੈ ਕੀ ਚੀਜ਼ ਆ। ਮੈਂ ਇੱਕ ਐਗਜ਼ਾਮਪਲ ਯੂਜ਼ ਕਰਦਾ ਹੁੰਦਾ ਕਿ ਤੁਸੀਂ ਮੰਨ ਲਓ ਇਸ ਧਰਤੀ 'ਤੇ ਤੁਹਾਨੂੰ ਕੋਈ ਪਹਿਲੀ ਵਾਰੀ ਲਿਆ ਕੇ ਖੜਾ ਕਰ ਦਿੰਦਾ, ਜਿਵੇਂ ਤੁਸੀਂ ਹੈਗੇ ਹੋ ਜੀ, ਨਾ ਤੁਹਾਨੂੰ ਕੋਈ ਬੋਲੀ ਆਉਂਦੀ ਆ ਜੀ, ਨਾ ਇੱਥੇ ਇੱਕ ਹੋਰ ਕੋਈ ਇਨਸਾਨ ਆ, ਇੱਥੇ ਤੁਸੀਂ ਆ ਗਏ, ਹੁਣ ਕਿਹੜੀ ਚੀਜ਼ ਨੂੰ ਤੁਸੀਂ ਕੀ ਕਹੋਗੇ? ਸਾਰਾ ਕੁਛ ਐਵੇਂ ਆ ਤੁਹਾਡੇ ਸਾਹਮਣੇ, ਬੋਲਣਾ ਨਹੀਂ ਆਉਂਦਾ, ਤੁਹਾਨੂੰ ਬੋਲਣਾ ਨਹੀਂ ਆਉਂਦਾ, ਤੁਹਾਨੂੰ ਕੋਈ ਚੀਜ਼ ਦਾ ਨਾਂ ਨਹੀਂ ਪਤਾ ਜੀ, ਫਿਰ ਇਹ ਨਾਂ ਕੀ ਹੋਏ? ਮੈਨੂੰ ਨਾਂ ਦਿੱਤਾ ਗਿਆ ਸੁਰਜੀਤ, ਹਾਂਜੀ, ਪਰ ਮੈਂ, ਇਹ ਤਾਂ ਮੇਰਾ ਨਾਂ ਦਿੱਤਾ ਗਿਆ, ਪਰ ਜੇ ਮੈਨੂੰ ਕੋਈ ਨਾਂ ਨਾ ਦਿੰਦਾ ਫਿਰ ਮੈਂ ਵੀ ਫਿਰ ਵੀ ਤਾਂ ਮੈਂ ਹੀ ਹੋਣਾ ਸੀ, ਬਿਲਕੁਲ ਜੀ, ਹੈ ਨਾ। ਇਸ ਤਰ੍ਹਾਂ ਜਿਹੜੇ ਨਾ ਆਪਾਂ ਨਾਂ ਦਿੱਤੇ ਆ ਇਹ ਲਫਜ਼ ਨੇ ਜੀ, ਜਿੱਦਾਂ ਪਾਣੀ ਆਪਾਂ ਕਹਿੰਦੇ, ਆਪਾਂ ਨੂੰ ਪਾਣੀ ਕਹਿੰਦੇ, ਗੋਰੇ ਵਾਟਰ ਕਹਿੰਦੇ, ਬਿਲਕੁਲ ਜੀ, ਸਾਡੇ ਉੱਥੇ ਲਫਜ਼ ਬਦਲ ਗਏ ਨਾ, ਹਾਂਜੀ, ਪਰ ਜਿਹੜਾ ਸ਼ਬਦ ਆ ਇਹਦੇ ਪਿੱਛੇ ਉਹ ਇੱਕੋ ਹੀ ਆ। ਸਮਝਣ ਵਾਸਤੇ ਜਦੋਂ ਸਾਡੀ ਇਹ ਦੋਨੋਂ ਚੀਜ਼ਾਂ ਨੂੰ ਅਸੀਂ ਸਮਝ ਲੈਂਦੇ ਅੰਦਰ, ਉਦੋਂ ਸ਼ਬਦ ਸਮਝਦੇ ਹਾਂ, ਲਫਜ਼ ਨਹੀਂ ਸਮਝਦੇ। ਬਿਲਕੁਲ, ਲਫਜ਼ ਨੂੰ ਸਮਝਣ ਵਾਸਤੇ ਬੋਲੀ ਬਣੀ ਆ ਜੀ, ਹਜ਼ਾਰਾਂ ਬੋਲੀਆਂ ਨੇ, ਬਿਲਕੁਲ, ਉਹਦੇ ਵਿੱਚ ਸ਼ਬਦ ਕੰਮ ਕਰ ਰਿਹਾ ਜੀ। ਅਸੀਂ ਕਿਸੇ ਨੂੰ ਪਾਣੀ ਨੂੰ ਪਾਣੀ ਕਹਿ ਦਿੱਤਾ, ਮਤਲਬ ਇਹ ਸੂਰਜ ਆ ਜੀ, ਇਹ ਚੰਦਰਮਾ ਜੀ, ਇਹ ਆਕਾਸ਼ ਆ, ਇਹ ਸਾਡੇ ਕੱਪੜੇ ਨੇ, ਇਹ ਆ ਸਾਡੇ ਸਰੀਰ ਦੇ ਨਾਂ ਬਣ ਗਏ, ਇਹ ਲਫਜ਼ ਬਣੇ ਨੇ ਜੀ। ਪਰ ਇਹ ਲਫਜ਼ ਬਣਨ ਤੋਂ ਪਹਿਲਾਂ ਸਾਡੇ ਅੰਦਰ ਜਿੰਨਾ ਵੀ ਦੁਨੀਆਂ ਦੇ, ਦੇਖੋ ਸਾਰੀ ਜਿਹੜੀ ਕੁਦਰਤ ਆ ਉਹਦੇ ਕੋਲ ਸ਼ਬਦ ਆ, ਬਿਲਕੁਲ, ਉਹਦੇ ਕੋਲ ਲਫਜ਼ ਨਹੀਂ, ਕਮਿਊਨੀਕੇਟ ਉਹ ਵੀ ਕਰਦੇ ਨੇ, ਸਾਰੇ ਆਪਸ ਵਿੱਚ ਹੀ ਉਹ ਜਿਉਂਦੇ ਨੇ, ਕਮਿਊਨੀਕੇਟ ਕਰਦੇ ਨੇ, ਮੇਲ ਫੀਮੇਲ ਕਰਦੇ ਨੇ, ਹੋਰ ਆਪਣੇ ਬੱਚੇ ਪਾਲਦੇ, ਸਾਰੇ ਕਾਇਨਾਤ, ਈਵਨ ਦਰਖਤਾਂ ਦਾ, ਉਹਨਾਂ ਨੇ ਕਿਹਾ ਕਿ ਇੱਕ ਦਰਖਤ ਨੂੰ ਜਦੋਂ ਬਿਮਾਰੀ ਲੱਗ ਜਾਂਦੀ ਨਾ, ਤੇ ਉਹ ਆਪਣਾ ਮੈਸੇਜ ਦੂਜੇ ਦਰਖਤ ਨੂੰ ਭੇਜ ਦਿੰਦਾ ਕਿ ਪ੍ਰਪੇਅਰ ਹੋ ਜਾ, ਬਿਮਾਰੀ ਲੱਗੀ। ਇਹ ਸਾਇੰਸ ਨੇ ਪ੍ਰੂਵ ਕਰ ਦਿੱਤਾ ਕਿ ਉਹ ਆਪਸ ਵਿੱਚ ਉਹਨਾਂ ਦੀ ਕਰਦੇ ਨੇ, ਪਰ ਉਹਨਾਂ ਕੋਲ ਲਫਜ਼ ਨਹੀਂ ਬੋਲਦੇ, ਉਹ ਸ਼ਬਦ ਦੇ ਥਰੂ ਕਰਦੇ ਨੇ, ਜਿਹਨੂੰ ਗੁਰੂ ਸਾਹਿਬ ਨੇ ਸ਼ਬਦ ਕਿਹਾ। ਮਨੁੱਖ ਸ਼ਬਦ ਨੂੰ ਇਸ ਕਰਕੇ ਟੁੱਟ ਗਿਆ ਕਿ ਸਾਨੂੰ, ਅਸੀਂ ਲਫਜ਼ ਬਣਾ ਲਏ ਜੀ, ਅਸੀਂ ਲਫਜ਼ਾਂ ਦੇ ਵਿੱਚ, ਹੁਣ ਲਫਜ਼ਾਂ ਦਾ ਸਾਨੂੰ ਗਿਆਨ ਦਿੱਤਾ ਗਿਆ ਜੀ। ਗਿਆਨ ਕੋਈ ਜ਼ਰੂਰੀ ਨਹੀਂ ਕਿ ਹਰੇਕ ਬੰਦੇ ਕੋਲ ਸਹੀ ਹੋਵੇ ਜੀ, ਇਸੇ ਕਰਕੇ ਦੁਨੀਆਂ 'ਚ ਪ੍ਰੋਬਲਮ ਆ ਕਿ ਸਹੀ, ਅਸੀਂ ਸ਼ਬਦ ਤੋਂ ਟੁੱਟ ਕੇ ਗਿਆਨ ਨਾਲ, ਲਫਜ਼ਾਂ ਨਾਲ ਜੁੜ ਗਏ, ਲਫਜ਼ਾਂ ਦਾ ਇਹ ਸਾਰਾ ਰੌਲਾ ਹੈ ਨਾ। ਅਤੇ ਇਹ ਲਫਜ਼ ਬਣਨ ਤੋਂ ਪਹਿਲਾਂ ਜਦੋਂ ਆਪਾਂ, ਮੈਂ ਜੋ ਬੋਲ ਰਿਹਾ ਜੀ ਇਹ ਪੰਜਾਬੀ 'ਚ ਬੋਲ ਰਿਹਾ,
ਪੰਜਾਬੀ ਮੈਨੂੰ ਸਿਖਾਈ ਗਈ ਆ। ਬਿਲਕੁਲ ਜੀ। ਅਤੇ ਜਿਹੜੇ ਹੁਣ ਜੇ ਮੈਨੂੰ ਪੰਜਾਬੀ ਨਾ ਸਿਖਾਈ ਜਾਂਦੀ, ਮੇਰੇ ਕੋਲ ਇਹੀ ਅੰਦਰ ਮੇਰੇ ਕੋਲ ਗਿਆਨ ਹੁੰਦਾ, ਸਿਰਫ ਮੈਨੂੰ ਅੰਗਰੇਜ਼ੀ ਆਉਂਦੀ ਅਤੇ ਫਿਰ ਮੈਂ ਗੱਲ ਅੰਗਰੇਜ਼ੀ 'ਚ ਕਰਨੀ ਸੀ। ਬਿਲਕੁਲ। ਜਾਂ ਹੁਣ ਮੈਨੂੰ ਕੋਈ ਕਈ ਕਹਿੰਦੇ ਕਿ ਤੂੰ ਇੰਗਲਿਸ਼ ਦੇ ਵਿੱਚ ਲਿਖਿਆ ਕਰ, ਉਹ ਮੈਂ ਗੱਲ ਤਾਂ ਉਹੀ ਲਿਖਣੀ ਆ, ਇੰਗਲਿਸ਼ ਵਿੱਚ ਵੀ ਮੈਂ ਲਿਖ ਸਕਦਾ, ਪੰਜਾਬੀ 'ਚ ਮੈਂ ਇਸ ਕਰਕੇ ਵਧੀਆ ਲਿਖ ਸਕਦਾ ਕਿ ਮੈਂ ਪੰਜਾਬੀ ਪੜ੍ਹਿਆ, ਪੰਜਾਬੀ ਮੈਂ ਆਪਣਾ ਉਹ 'ਚ ਮਾਸਟਰੀ ਆ, ਮੇਰੀ ਮਾਂ ਬੋਲੀ ਆ, ਇਸ ਕਰਕੇ ਮੈਂ ਪੰਜਾਬੀ ਵਿੱਚ ਆਪਣੇ ਆਪ ਨੂੰ ਵਧੀਆ ਲਿਖ ਸਕਦਾ ਹੈ। ਪਰ ਗੱਲ ਤਾਂ ਅੰਦਰ ਉਹੀ ਆ ਨਾ। ਬਿਲਕੁਲ। ਹੁਣ ਲਫ਼ਜ਼ਾਂ ਤੋਂ ਇਹ ਲਫ਼ਜ਼ ਬੋਲੀ ਬਣਾਉਂਦੀ ਆ ਜੀ, ਬੋਲੀ ਨੂੰ ਬਦਲਣ ਵਾਸਤੇ ਦਿਮਾਗ ਕੰਮ ਕਰਦਾ ਜੀ, ਦਿਮਾਗ ਦੇ ਵਿੱਚ ਉਹਨੂੰ ਜਿਹੜਾ ਉਹਨੂੰ ਪ੍ਰੋਗਰਾਮ ਫੀਡ ਕੀਤਾ ਗਿਆ ਕਿ ਇਹ ਤੇਰੀ ਬੋਲੀ ਆ, ਉਹ ਲਫ਼ਜ਼ ਬਣਾ ਰਿਹਾ ਜੀ। ਲਫ਼ਜ਼ ਬਣਨ ਤੋਂ ਪਹਿਲਾਂ ਅੰਦਰ ਆਟੋ ਇੰਨੀ ਤੇਜ਼ ਸਿਸਟਮ ਇਹ ਕੰਮ ਕਰ ਰਿਹਾ, ਸਰੀਰ ਦਾ ਅਤੇ ਆਤਮਾ ਦਾ ਅਤੇ ਮਨ ਦਾ, ਉਹ ਤੁਹਾਡੇ ਕੋਲ ਗਿਆਨ ਆ ਜੀ। ਗਿਆਨ ਵੀ ਇੱਕ ਉਹਦਾ ਜੋ ਜਿੱਦਾਂ ਕਹਿ ਲਓ ਅਗਨੀ ਆ, ਅਗਨੀ ਦੇ ਵਿੱਚੋਂ ਜਿਹੜੀ ਲਾਟ ਨਿਕਲਦੀ ਉਹ ਗਿਆਨ ਆ। ਉਹਦਾ ਕੋਈ ਸੋਰਸ ਜਿਹੜਾ ਹੈ ਨਾ ਜੀ, ਉਹ ਸ਼ਬਦ ਆ। ਠੀਕ ਹੈ। ਸ਼ਬਦ ਇੱਕ ਬਦਲਦਾ ਨਹੀਂ, ਉਹ ਤੁਹਾਡੇ ਅੰਦਰ ਹਰ ਇੱਕ ਚੀਜ਼ ਦੇ ਅੰਦਰ ਥੋਟ ਪ੍ਰੋਸੈਸ ਪਿੱਛੇ ਚੱਲਦਾ। ਹਾਂ, ਪਿੱਛੇ ਚੱਲਦਾ ਵੀ ਇਹਨੇ ਥੋਟ ਬਣਨ ਤੋਂ ਪਹਿਲਾਂ ਉਹ ਅੰਦਰ ਇੱਕ ਇੱਕ ਜੋਤ ਆ। ਠੀਕ ਹੈ। ਜਿਵੇਂ ਤੁਸੀਂ ਇੱਕ ਜੋਤ ਵੀ ਇੱਕ ਲਫ਼ਜ਼ ਆ, ਲਫ਼ਜ਼ ਆ ਜਿਹੜਾ ਆਪਾਂ ਸਮਝਣ ਵਾਸਤੇ ਆਪਾਂ ਕਹਿ ਦਿੰਦੇ ਗਿਆਨ ਆ ਜੀ, ਜੋਤ ਆ ਜੀ, ਮੰਨ ਲਓ ਮੂਲ ਧਨ ਸੋ ਨੂਰ ਆ, ਕੁਛ ਨਾ ਕੁਛ ਮੰਨ ਕੇ ਚੱਲਣਾ, ਇਹ ਲਫ਼ਜ਼ ਨੇ ਜੀ। ਇਹ ਉਹਨੂੰ ਸਮਝਣ, ਉਹ ਹੈਗੀ ਅਨੁਭਵ ਦੀ ਗੱਲ, ਜਾਂ ਉਹ ਹੈਗੀ ਆ ਇੱਕ ਅੰਦਰ ਜਿਹੜਾ ਤੁਹਾਡੇ ਉਹਨੂੰ ਆਪਾਂ ਨੂਰ ਕਹਿ ਲਓ, ਚਲੋ ਆਪਾਂ ਆਪਣੇ ਸਮਝਣ ਵਾਸਤੇ ਆਪਾਂ ਨੂਰ ਕਹਿ ਲੈਂਦੇ ਹਾਂ, ਜਿੱਦਾਂ ਆਪਾਂ ਸੂਰਜ ਜੀ ਕਹਿੰਦੇ ਵੀ ਸੂਰਜ ਜੀ ਰੋਸ਼ਨੀ, ਆਪਾਂ ਨੂਰ ਮੰਨ ਲਓ ਇੱਕ ਲਫ਼ਜ਼ ਨੂਰ ਆ। ਉਹ ਨੂਰ ਦੇ ਵਿੱਚੋਂ ਜਦੋਂ ਤੁਹਾਡੇ ਅੰਦਰ ਉਹ ਤੁਹਾਡਾ ਤੁਸੀਂ ਉਹਦੇ ਨਾਲ ਕਨੈਕਟ ਹੁੰਦੇ ਹੋ ਜੀ, ਰਾਈਟ, ਆਪਣੀ ਇੱਕ ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਬਹੁਤ ਉਹਨੂੰ ਡੀਪ ਜਾਂਦਾ, ਸਮੁੰਦਰ ਦੇ ਕਿਨਾਰੇ ਵੀ ਬੈਠੇ ਹੁੰਦੇ ਆ, ਕਈ ਉੱਪਰ ਓਸ਼ੀਅਨ ਦੇ ਵਿੱਚ ਵੀ ਜਾਂਦੇ ਆ, ਕਈ ਡੀਪ ਜਾਂਦੇ ਹੈ ਨਾ। ਇਸੇ ਤਰ੍ਹਾਂ ਜਿਹੜੇ ਇਨਸਾਨ ਨੇ ਜਿਹੜੇ, ਉਹ ਜਿੰਨਾ ਜ਼ਿਆਦਾ ਅਸੀਂ ਉਸ ਸ਼ਬਦ ਦੇ ਅੰਦਰ ਉੱਤਰਦੇ ਜਾਵਾਂਗੇ, ਉਨਾ ਸਾਨੂੰ ਡਿਵਾਈਨ ਜਿਹੜਾ ਆ ਗਿਆਨ ਹੁੰਦਾ ਜਾਊਗਾ ਜੀ। ਹੁਣ ਗੁਰੂ ਸਾਹਿਬ ਦਾ ਜਿਹੜੀ ਗੁਰੂ ਸਾਹਿਬ ਗੱਲ ਗੁਰਬਾਣੀ ਵਿੱਚ ਕਹਿ ਗਏ ਨੇ ਜੀ, ਉਹ ਸ਼ਬਦ ਦੇ ਵਿੱਚੋਂ ਕਹਿ ਕੇ ਗਏ ਨੇ ਸਾਰਾ ਕੁਛ। ਉਹ ਸ਼ਬਦ ਲਫ਼ਜ਼, ਉਸ ਸ਼ਬਦ ਨੂੰ, ਉਸ ਨੂਰ ਨੂੰ ਉਹਨਾਂ ਨੇ ਲਫ਼ਜ਼ਾਂ ਵਿੱਚ ਬੰਦ ਕਰ ਦਿੱਤਾ ਜੀ। ਇਸੇ ਪਾਸੇ ਉਹਨਾਂ ਨੇ ਕਿਹਾ ਕਿ ਗੁਰਬਾਣੀ ਇਸ ਜੱਗ ਮੈਂ ਚਾਨਣ, ਹੈ ਨਾ। ਲਫ਼ਜ਼ ਸਾਰੇ ਹੀ ਲੋਕ ਹੁੰਦੇ ਨੇ, ਪਰ ਕੋਈ ਕੋਈ ਨਿੱਕੀ ਜਿਹੀ ਬੱਤੀ ਹੁੰਦੀ ਆ, ਕੋਈ ਸੂਰਜ ਦਾ ਪ੍ਰਕਾਸ਼ ਹੁੰਦਾ, ਹੈ ਨਾ। ਠੀਕ ਹੈ ਜੀ। ਜੇ ਮੈਂ ਇਸੇ ਕਰਕੇ ਬਾਰੇ ਕਹਿੰਦਾ, ਜੇ ਸੌ ਚੰਦਾ ਉਗਵੇ ਸੂਰਜ ਚੜੇ ਯਾਰ, ਇਹਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ। ਜਦੋਂ ਮੈਂ ਤੁਹਾਡੀ ਹੁਣ ਵੇਖਦਾ ਜੀ, ਤੁਸੀਂ ਆਪਣਾ ਲਿਖਤੀ ਜੀਵਨ ਹੈ ਜਿਹੜਾ ਜੀ, ਤੁਸੀਂ ਫੇਸਬੁੱਕ ਤੋਂ ਸ਼ੁਰੂ ਕੀਤਾ ਜੀ, ਹੁਣ ਸੋਸ਼ਲ ਮੀਡੀਆ ਦੀ ਗੱਲ ਕਰੀਏ, ਤੁਹਾਡੇ ਇਹਦੇ ਵਿੱਚ ਵੀ ਇੱਕ ਮੈਂ ਲੇਖ ਪੜ੍ਹਿਆ ਤੁਹਾਡਾ ਵੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ, ਤੁਹਾਨੂੰ ਲੱਗਦਾ ਵੀ ਅੱਜ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਹੋ ਰਹੀ ਆ? ਜੇ ਆਪਾਂ ਦੁਨੀਆ ਦੀ ਗੱਲ ਛੱਡ ਕੇ ਪੰਜਾਬੀਆਂ ਦੀ ਗੱਲ ਕਰੀਏ ਨਾ, ਹਾਂਜੀ ਹਾਂਜੀ ਬਿਲਕੁਲ, ਬੇਸਿਕ ਗੱਲ ਤਾਂ ਆਪਣੀ ਪੰਜਾਬੀਆਂ ਦੀ, ਆਪਾਂ ਆਪਣੇ ਸਮਾਜ ਦੀ ਗੱਲ ਕਰਨੀ ਆ, ਆਪਣਾ ਆਪਣਾ ਸਾਰਾ ਕੁਝ ਆਪਣੇ ਸਮਾਜ ਆ, ਤੇ ਮੈਨੂੰ ਲੱਗਦਾ ਕਿ 95% ਜਿਹੜਾ ਉਹ ਗਲਤ ਮੀਡੀਆ, ਉਹ ਸਾਨੂੰ ਸੋਸ਼ਲ ਮੀਡੀਆ ਹਲੇ ਵਰਤਣਾ ਹੀ ਨਹੀਂ ਆਇਆ। ਮੈਨੂੰ ਵੀ, ਮੈਂ ਵੀ ਫੇਸਬੁੱਕ ਦੇ ਉੱਤੇ, ਮੈਨੂੰ ਵੀ 2-3 ਸਾਲ ਲੱਗ ਗਏ ਇਸ ਗੱਲ ਨੂੰ ਸਿੱਖਣ ਵਾਸਤੇ ਕਿ ਇਹ ਹੈ ਕੀ ਚੀਜ਼, ਇਹਨੂੰ ਕਿਵੇਂ ਇਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ, ਕਿ ਮੈਂ ਇੱਥੇ ਕਰਨ ਕੀ ਆਇਆ। ਸੋਸ਼ਲ ਮੀਡੀਆ ਜਾਣ ਦਾ ਕਾਰਨ ਤਾਂ ਹੈਗਾ ਹੀ ਆ ਨਾ, ਦੇਖੋ ਜ਼ਿੰਦਗੀ ਕਿੰਨੀ ਅਨਮੋਲ ਆ। ਜੇ ਹਰੇਕ ਬੰਦਾ ਹੁਣ ਇਸ ਟਾਈਮ ਬਹੁਤ ਜਿਹੜਾ ਸਮਾਂ ਉਹ ਕਹਿ ਰਹੇ ਨੇ ਵੀ ਲੋਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਮਾਂ ਗੁਜ਼ਾਰ ਰਹੇ ਨੇ, ਆਪਣੀ ਅਸਲੀ ਜ਼ਿੰਦਗੀ ਤੋਂ ਵੀ ਟੁੱਟ ਗਏ ਨੇ, ਬਿਲਕੁਲ ਸਹੀ, ਹੈ ਨਾ। ਇਸ ਕਰਕੇ ਜੇ ਅਸੀਂ ਆਪਣਾ ਸਮਾਂ ਇੱਥੇ ਇੰਨਾ ਗੁਜ਼ਾਰਨਾ, ਤੇ ਕਿਉਂ ਨਾ ਫਿਰ ਉਹਦੇ ਕੁਛ ਲਾਹਾ ਲਿਆ ਜਾਵੇ, ਜਾਂ ਕੁਛ ਸਿੱਖੋ ਜਾਂ ਸਿਖਾਓ, ਗੱਲਾਂ ਦੋ ਨੇ ਨਾ। ਤੇ ਉਸ ਨੂੰ ਫਿਰ ਮੈਂ ਆਪਣੀ ਦਿਸ਼ਾ ਬਦਲੀ, ਠੀਕ ਹੈ, ਤੇ ਉਹਦੇ ਉੱਤੇ ਫਿਰ ਮੈਂ ਸੋਚਿਆ ਕਿ ਮੇਰੇ ਕੋਲ ਜੇ ਕੋਈ ਗੱਲ ਕਰਨ ਵਾਲੀ ਹੈਗੀ ਆ, ਤੇ ਕਿ ਮੈਂ ਆਪਦੇ ਕਿਉਂਕਿ ਛੋਟੇ ਬੱਚੇ ਨੇ ਪੰਜਾਬ ਦੇ ਵਿੱਚ ਬਹੁਤ ਨੇ ਜਿਹੜੇ ਪੜ੍ਹਨ ਵਾਲੇ ਨੇ, ਪੜ੍ਹਦੇ ਨੇ, ਚਲੋ ਆਪਾਂ ਉਹਨਾਂ ਤੱਕ ਆਪਣਾ ਕੋਈ ਸੁਨੇਹਾ ਸੁਨੇਹਾ ਪਹੁੰਚਾਈਏ, ਤੇ ਫਿਰ ਮੈਂ ਉੱਥੇ ਲਿਖਣਾ ਸ਼ੁਰੂ ਕੀਤਾ। ਪਹਿਲਾਂ ਵੀ ਮੈਂ ਲਿਖਦਾ ਸੀ, ਠੀਕ ਹੈ, ਤੇ ਪਹਿਲਾਂ ਮੈਂ ਆਪਣਾ ਪਹਿਲਾਂ ਸਮੇਂ 'ਚ ਮੈਂ ਗੀਤ ਲਿਖਿਆ, ਠੀਕ ਹੈ, ਮੈਂ ਜਦੋਂ 14 ਸਾਲ ਹੋ ਗਏ ਨਾ, ਮੈਨੂੰ ਪੰਜਾਬ ਦੀ ਬੜੀ ਤੜਫ ਹੁੰਦੀ ਸੀ, ਕਿਉਂਕਿ ਮੇਰਾ ਹਾਏ ਪੰਜਾਬ। ਜਦੋਂ ਮੈਂ ਕੈਨੇਡਾ ਵੀ ਆਇਆ, ਤੇ ਉਦੋਂ ਵੀ ਮੇਰੇ ਪਹਿਲਾਂ ਇਹ ਸੀਗਾ ਕਿ ਮੈਂ ਮੁੜ ਜਾਣਾ, ਹਾਂਜੀ, ਥੋੜ੍ਹੇ ਜਿਹੇ ਪੈਸੇ ਬਣਾਉਣੇ ਆ ਅਤੇ ਮੈਂ ਮੁੜ ਜਾਣਾ, ਫਿਰ ਨਹੀਂ ਮੁੜਿਆ ਜਾਂਦਾ ਜੀ, ਹੈ ਨਾ। ਫਿਰ ਉਹ ਮੈਂ ਗੀਤ ਲਿਖਿਆ, ਮੈਨੂੰ 14 ਸਾਲ ਤੋਂ ਬਾਅਦ ਨਾ ਮੈਨੂੰ ਕੁਦਰਤੀ ਆਰਾਮ ਦਾ ਬਨਵਾਸ ਯਾਦ ਆ ਗਿਆ। ਅੱਛਾ ਜੀ। ਉੱਥੇ ਫਿਰ ਮੈਂ ਉਹ ਤੁਹਾਨੂੰ ਮੈਂ 2 ਲਾਈਨਾਂ ਸੁਣਾ, ਜ਼ਰੂਰ ਸੁਣਾ, ਹੈ ਨਾ। ਫਿਰ ਮੈਂ ਉਹ ਲਿਖਿਆ ਸੀ, ਮੈਂ ਕਿਹਾ ਆਪਣੇ ਉਹ ਕਿਸ ਖਾਤਰ ਇਹ ਪਿਆ ਵਿਛੋੜਾ, ਕੀ ਦੋਸ਼ ਮੇਰਾ ਸੀ ਅੜਿਆ ਵੇ, ਕਿਸ ਕਾਜੀ ਇਹ ਸਜ਼ਾ ਸੁਣਾਈ, ਕਿਸ ਮੁੱਲਾਂ ਫਤਵਾ ਪੜਿਆ ਵੇ, ਕੱਟਿਆ ਮੈਂ ਬਨਵਾਸ ਰਾਮ ਦਾ, ਨਾ ਕਰਮ ਹਾਲੇ ਵੀ ਸੜਿਆ ਵੇ।
ਹੈ ਨਾ, ਤੇ ਉਹ ਇਸ ਤਰ੍ਹਾਂ ਦੀ ਲਾਈਨ, ਉਹ ਬੜੀ ਲੰਮੀ ਕਵਿਤਾ ਚੱਲਦੀ ਆ। ਉਹ ਸੀ ਇੱਕ ਦਰਦ ਸੀ ਪੰਜਾਬ ਦਾ ਕਿ ਮੇਰੇ ਤੋਂ ਹੁਣ ਪੰਜਾਬ ਨਹੀਂ ਜਾਇਆ ਜਾਣਾ, ਮੇਰੀ ਰੂਹ ਹੁਣ ਇੱਥੇ ਰਹਿ ਜਾਣੀ ਆ। ਤੁਸੀਂ ਹੁਣ ਲੇਟਲੀ ਪੰਜਾਬ ਜਾ ਕੇ ਆਏ ਹੋ ਜੀ ਕਿਤਾਬ ਛਪਾਉਣ ਦੇ ਮਾਮਲੇ ਦੇ ਵਿੱਚ ਵੀ ਜੀ, ਹੁਣ ਦਾ ਪੰਜਾਬ ਅਤੇ ਉਹ 40 ਸਾਲ ਪਹਿਲਾਂ ਦਾ ਪੰਜਾਬ ਲੱਭਿਆ ਪੁਰਾਣਾ ਪੰਜਾਬ ਤੁਹਾਨੂੰ ਕਿਤੇ ਕਿ ਨਹੀਂ? ਪੰਜਾਬ ਜੀ ਮੈਨੂੰ ਇੱਕ ਲੱਭਿਆ ਆਪਣੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਲੁਧਿਆਣੇ। ਅੱਛਾ ਜੀ। ਉਹ ਮੈਂ ਲਿਖਿਆ ਵੀ ਹੈਗਾ ਅਤੇ ਉਹ ਪਾਇਆ ਵੀ, ਮੈਂ ਫੇਸਬੁੱਕ 'ਤੇ ਪਾਇਆ ਵੀ ਸੀਗਾ। ਉਹਨੂੰ ਮੈਂ ਦੋ ਤਰੀਕਿਆਂ ਨਾਲ ਦੇਖਿਆ ਜੀ। ਬਾਕੀ ਪੰਜਾਬ ਤਾਂ ਦੇਖੋ ਬਹੁਤ, ਸਮਾਜ ਵਿੱਚ ਇੱਕ ਚੀਜ਼ ਨਹੀਂ ਹੁੰਦੀ, ਬਹੁਤ ਕੁਛ ਹੁੰਦਾ, ਬਹੁਤ ਕੁਛ ਹੁੰਦਾ, ਬਹੁਤ ਕੁਛ ਹੁੰਦਾ। ਅਤੇ ਉਹ ਜੇ ਹੁਣ ਆਪਾਂ ਜੇ ਪੁਰਾਣੀਆਂ ਗੱਲਾਂ ਕਰੀਏ ਤਾਂ ਉਹ ਨਹੀਂ ਹੈਗਾ, ਨਹੀਂ ਹੈਗਾ, ਨਹੀਂ, ਸਾਰਾ ਕੁਛ ਗੁਆਚ ਗਿਆ, ਬਹੁਤ ਕੁਛ ਗੁਆਚ ਗਿਆ ਜੀ। ਕਿਉਂਕਿ ਉਦੋਂ ਕੱਚੇ ਘਰ ਹੁੰਦੇ ਸੀ, ਇੱਕੋ ਛੱਤਾਂ ਹੁੰਦੀਆਂ ਸੀ, ਲੋਕਾਂ ਦਾ ਇੱਕੋ ਸਾਂਝ ਸੀ, ਇੱਕ ਦੂਜੇ ਨਾਲ ਖਾਣ ਪੀਣ ਸੀਗਾ, ਇੱਕੋ ਉਹ ਡਿਪੈਂਡ ਕਰਦੇ ਸੀ ਇੱਕ ਦੂਜੇ ਦੇ ਉੱਤੇ, ਰਾਈਟ? ਉਹਨਾਂ ਦਾ ਸਾਰਾ ਜਿਹੜਾ ਕਿੱਤੇ ਸੀ ਨਾ ਇੱਕ ਦੂਜੇ ਨਾਲ ਜੁੜੇ ਹੋਏ ਸੀ। ਹੁਣ ਇਹ ਸਾਰੀ ਜਿਹੜੀਆਂ ਕਾਰਪੋਰੇਸ਼ਨ ਇਹਨਾਂ ਨੇ ਖੋਲਿਆ, ਬਿਲਕੁਲ ਜੀ, ਕੱਪੜਾ ਲੈਣਾ ਬਾਜ਼ਾਰ ਤੋਂ ਲਓ, ਨਹੀਂ ਤਾਂ ਇੱਕ ਆਪਾਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਸੀ ਲੋਕ। ਅਤੇ ਉੱਥੇ ਮੈਂ ਕੀ ਹੋਇਆ, ਜਦੋਂ ਮੈਨੂੰ ਆਵਾਜ਼ ਆਈ ਢੋਲਕੀ ਦੀ ਜੀ, ਅਤੇ ਮੈਂ ਉੱਥੇ ਗਿਆ ਅਤੇ ਉਹ ਮੈਂ ਦੇਖਿਆ ਕੁੜੀਆਂ ਕਿੱਦਾਂ ਪਾ ਰਹੀਆਂ, ਉਹ ਮੈਨੂੰ ਬੜੀ ਉਹਨਾਂ ਦੀ ਖਿੱਚ ਪਈ ਅਤੇ ਮੈਂ ਚੁੱਪ ਚੁੱਪੀਤਾ ਜਾ ਕੇ ਉੱਥੇ ਉਹਨਾਂ ਦੇ ਕੋਲ ਬੈਠ ਗਿਆ। ਅੱਛਾ ਜੀ। ਅਤੇ ਮੈਂ ਉਹਨਾਂ ਨੂੰ ਸੁਣਿਆ ਜੀ, ਉਹ ਮੈਂ ਉਹਨੂੰ ਹੋਰ ਤਰ੍ਹਾਂ ਮੈਂ ਕੀਤਾ ਕਿ ਮੈਂ ਅੱਜ ਤੋਂ 50 ਸਾਲ ਪਹਿਲਾਂ ਵੀ ਸੁਣਿਆ ਸੀ ਇਹੀ, ਉਦੋਂ ਅਸੀਂ ਰਾਤ ਨੂੰ ਸੁਣਦੇ ਸੀ ਜੀ, ਉਦੋਂ ਪਿੰਡਾਂ 'ਚ ਜਿਹੜੀਆਂ ਬਿਲਕੁਲ ਸਾਡੀਆਂ ਮਾਵਾਂ ਭੈਣਾਂ ਹੁੰਦੀਆਂ ਸੀ ਉਹ ਅੰਦਰ ਵੜ ਕੇ ਗਿੱਧਾ ਪਾਉਂਦੀਆਂ ਸੀ, ਅਤੇ ਉਦੋਂ ਅਸੀਂ ਛੋਟੇ ਛੋਟੇ ਨਿਆਣੇ ਹੁੰਦੇ, ਸਾਨੂੰ ਕਹਿੰਦੇ ਉੱਥੇ ਅੰਦਰ ਵੜ ਦੇਣਾ ਹੈ ਨਾ, ਅਤੇ ਅਸੀਂ ਉਹ ਕੰਧਾਂ ਟੱਪ ਕੇ ਉਹ ਬਨੇਰਿਆਂ ਉੱਤੇ ਲੰਮੇ ਬਹਿ ਕੇ ਸੁਣਿਆ। ਅਤੇ ਮੈਨੂੰ ਉਹਨਾਂ ਬੋਲਾਂ ਦੇ ਵਿੱਚ, ਅਤੇ ਕਿਉਂਕਿ ਉਦੋਂ ਤਾਂ ਨਹੀਂ ਹੁੰਦਾ, ਹੁਣ ਜਦੋਂ ਅੱਜ ਮੈਂ ਕੁੜੀਆਂ ਫਿਰ ਉਹ ਗਿੱਧਾ ਪਾਉਂਦੀਆਂ ਦੇਖੀਆਂ, ਉਹਨਾਂ ਨੂੰ ਕੰਪੇਅਰ ਕਰਕੇ ਦੇਖਿਆ, ਫਿਰ ਮੈਨੂੰ ਸ਼ਰਮ ਆਈ ਵੀ ਜਿਹੜਾ 50 ਸਾਲ ਇੰਨਾ ਉਹ ਗੰਦ ਵਗਦੀਆਂ ਸੀ, ਮੈਂ ਹੁਣ ਗੰਦ ਹੀ ਕਹਿ ਸਕਦਾ ਕਿ ਉਹਨਾਂ ਦਾ ਠੀਕ ਹੈ, ਉਹਨਾਂ ਦਾ ਆਪਣਾ ਸਮਾਜ ਸੀ, ਉਹਨਾਂ ਦੇ ਆਪਣੇ ਹਾਵ ਭਾਵ ਸੀ, ਉਹ ਆਪਣਾ ਜਿਵੇਂ ਵੀ ਸੀਗਾ ਉਹ ਕੁਛ ਵੀ ਸੀਗਾ, ਪਰ ਮੈਨੂੰ ਉਹ ਬਹੁਤ ਗਲਤ ਲੱਗਿਆ ਕਿ ਉਹ ਬੜਾ ਗੰਦਾ ਸਮਾਜ ਸੀ, ਬੜੀਆਂ ਗੰਦੀਆਂ ਉਹ ਬੋਲੀਆਂ ਪਾਉਂਦੀਆਂ ਸੀਗੀਆਂ। ਅਤੇ ਪਰ ਜਦੋਂ ਕੁੜੀਆਂ ਨੇ, ਹੁਣ ਯੂਨੀਵਰਸਿਟੀ 'ਚ ਪੜ੍ਹੀਆਂ ਲਿਖੀਆਂ ਕੁੜੀਆਂ ਨੇ, ਜਦੋਂ ਭਰਾਵਾਂ ਦੇ ਆਪਣੇ ਰਾਈਟ ਬਾਬਲ ਦੇ ਦਸਤਾਰ ਦੇ ਚੁੰਨੀ ਦੇ ਜਦੋਂ ਉਹਨਾਂ ਨੇ ਬੋਲੀਆਂ ਪਾਈਆਂ, ਮੈਂ ਤਾਂ ਉੱਥੇ ਰੋਣ ਲੱਗ ਗਿਆ ਸੀਗਾ। ਅੱਛਾ ਜੀ। ਅਤੇ ਮੈਨੂੰ ਇੰਨਾ ਪਿਆਰ ਉਹਨਾਂ ਆਇਆ, ਮੈਂ ਕਿਹਾ ਕਮਾਲ ਮੇਰਾ ਪੰਜਾਬ, ਕਿੰਨਾ ਸੋਹਣਾ ਪੰਜਾਬ ਆ। ਅਤੇ ਕੁਛ ਗੱਲਾਂ ਦੀ ਸਾਡੀ ਹੋਈ ਆ, ਪਰ ਬਦਕਿਸਮਤੀ ਇਹ ਆ ਕਿ ਅਸੀਂ ਜਿਹੜੀਆਂ ਸਾਡੀਆਂ ਆਪਣੀਆਂ ਵਧੀਆ ਚੀਜ਼ਾਂ, ਅਸੀਂ ਉਹਨੂੰ ਸਸਤਾ ਗੁਆ ਰਹੇ ਹਾਂ। ਸਾਨੂੰ ਲੋੜ ਆ ਉਹ ਚੀਜ਼ਾਂ ਨੂੰ ਸਾਂਭਣ ਦੀ, ਉਹਨਾਂ ਨੂੰ ਬਚਾਉਣ ਦੀ। ਅਤੇ ਪੱਛਮੀ ਦੇਸ਼ ਦੇ ਵਿੱਚ ਬਹੁਤ ਕੁਛ ਵਧੀਆ ਚੀਜ਼ਾਂ ਨੇ, ਪਰ ਉਹਦੀਆਂ ਵਧੀਆ ਚੀਜ਼ ਲਓ, ਹੈ ਨਾ? ਗੁਰੂ ਸਾਹਿਬ ਕਹਿੰਦੇ ਸਾਂਝ ਕੀਜੇ ਗੁਣ ਕੀਜੇ ਸਾਂਝ ਕੀਜੇ ਗੁਣੇ ਕੇਰੀ, ਹੈ ਨਾ? ਅਸੀਂ ਉਹਨਾਂ ਦੇ ਔਗਣ ਲੈ ਲਏ ਤੇ ਗੁਣ ਛੱਡ ਦੇ, ਲੋੜ ਸੀ ਸਾਨੂੰ ਹਰ ਕੌਮ ਤੋਂ ਗੁਣ ਲੈਣ ਦੀ। ਬਿਲਕੁਲ ਜੀ। ਜੀ ਸਮਾਂ ਹੋ ਗਿਆ ਕਿ ਬ੍ਰੇਕ ਦਾ, ਛੋਟੀ ਜਿਹੀ ਬ੍ਰੇਕ, ਹੁਣੇ ਵਾਪਸੀ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਗੱਲਬਾਤ ਦੀ ਲੜੀ ਨੂੰ ਅੱਗੇ ਚਲਾਈਏ। ਸਾਡੇ ਨਾਲ ਭਾਈ ਸੁਰਜੀਤ ਸਿੰਘ ਜੀ ਵਿਰਕ ਅੱਜ ਸਟੂਡੀਓ ਦੇ ਵਿੱਚ ਆਏ ਹੋਏ ਨੇ। ਵੀ ਜੀ, ਤੁਹਾਡੀ ਕਿਤਾਬ ਦੇ ਵਿੱਚ ਮੈਂ ਇੱਕ ਗੱਲ ਪੜ੍ਹੀ, ਅਰਦਾਸ ਜੀ, ਕਰਾਮਾਤ ਅਤੇ ਅਰਦਾਸ ਜੀ। ਇਹ ਅੱਜ ਦਾ ਹੁਣ ਚੱਲਦਾ ਵਿਸ਼ਾ ਜੀ। ਕੁਛ ਲੋਕ ਸੋਚਦੇ ਆ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਖੜ੍ਹ ਕੇ ਜੀ, ਤਾਂ ਉਦੋਂ ਅਸੀਂ ਜਿਹੜੇ ਅਰਦਾਸ ਦੇ ਵਿੱਚ ਨਾਂ ਆਉਂਦੇ ਆ, ਜਿਹੜੇ ਕਾਰਨਾਮੇ ਆਉਂਦੇ ਆ, ਅਸੀਂ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਪੰਜਾਂ ਪਿਆਰਿਆਂ ਦੀ ਗੱਲ ਕਰਦੇ ਹਾਂ, 40 ਮੁਕਤਿਆਂ ਦੀ ਗੱਲ ਕਰਦੇ ਹਾਂ, ਮਹਾਠੀਆਂ ਜੱਪੀਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਖੋਪਰ ਉਤਰਾਏ, ਤਾਂ ਫਿਰ ਸਾਡਾ ਦੁੱਖ ਉਹਦੇ ਮੁਕਾਬਲੇ ਛੋਟਾ ਜਿਹਾ ਹੁੰਦਾ। ਸਾਨੂੰ ਇਹ ਗੱਲ ਦੀ ਸਮਝ ਆਉਂਦੀ ਹੈ, ਮੇਰਾ ਦੁੱਖ ਤਾਂ ਮਾਮੂਲੀ ਆ, ਮੈਂ ਕਿਹੜੀ ਗੱਲੋਂ ਪਿੱਟੀ ਜਾ ਰਿਹਾ। ਵੀ ਇੰਨਾ ਸਮਝਾਉਣ ਵਾਸਤੇ ਅਰਦਾਸ ਆ। ਇੱਕ ਬੰਦੇ ਐਵੇਂ ਸੋਚਦੇ ਆ, ਦੂਸਰਾ ਇੱਕ ਫਿਰਕਾ ਉਹ ਕਹਿੰਦੇ ਨਹੀਂ, ਜਦੋਂ ਗੁਰੂ ਮੂਹਰੇ ਖੜ ਕੇ ਆਪਣਾ ਦੁੱਖ ਭਾਵੇਂ ਛੋਟਾ ਭਾਵੇਂ ਵੱਡਾ ਤੁਸੀਂ ਦੱਸਤਾ, ਗੁਰੂ ਉਹਦਾ ਇਲਾਜ ਕਰੇਗਾ, ਗੁਰੂ ਕੋਲ ਕੋਈ ਕਰਾਮਾਤ ਹੈ। ਹੁਣ ਤੁਸੀਂ ਆਪਣੀ ਕਿਤਾਬ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਲਿਖਿਆ?
ਦੇਖੋ ਗੁਰੂ ਸਾਹਿਬ ਨੇ ਕਰਾਮਾਤ ਨੂੰ ਮੰਨਿਆ ਹੀ ਨਹੀਂ ਜੀ। ਠੀਕ ਹੈ, ਗੁਰੂ ਸਾਹਿਬ ਨੇ ਕਰਾਮਾਤ ਆਪਣੇ ਪੁੱਤਰ ਨੂੰ ਕਿਹਾ ਕਿ ਨਹੀਂ ਇਹ ਤੂੰ ਕਰਾਮਾਤ ਦਿਖਾਈ ਆ ਤੇ ਅਸੀਂ ਤੂੰ ਰਾਮ ਰਾਏ ਦੀ ਕਹਾਣੀ ਸਾਰਿਆਂ ਸਾਹਮਣੇ, ਮਤਲਬ ਹੈ ਨਾ ਇੱਕ ਹੁੰਦੀ ਸਹਿਜ ਸੁਭਾਏ ਕੋਈ ਗੱਲ ਹੋ ਜਾਣੀ, ਹਾਂਜੀ ਉਹ ਹੁੰਦੀ ਰਹਿੰਦੀ ਆ, ਉਹ ਵੱਡੇ ਵੱਡੇ ਗੁਰੂ ਤੁਹਾਡੇ ਨੋਰਮਲ ਬੰਦੇ ਨਾਲ ਵੀ ਹੋ ਜਾਂਦੀ ਆ, ਤੁਸੀਂ ਆਮ ਕਿਤੇ ਦੇਖਣਾ ਕੋਈ ਗੱਲ ਸੋਚੋ ਪੂਰੀ ਹੋ ਗਈ, ਹਾਂਜੀ ਹੈ ਨਾ। ਇਹ ਇਹ ਜਿਹੜੀ ਹੁੰਦੀ ਨਾ ਇੱਕ ਮਨ ਦੀ ਬਹੁਤ ਵੱਡੀ ਤਾਕਤ ਆ, ਤੁਸੀਂ ਸਾਇੰਸ ਪੜ੍ਹ ਲਓ, ਮਨੋਵਿਗਿਆਨ ਪੜ੍ਹ ਕੇ ਦੇਖ ਲਓ ਜੀ, ਅਤੇ ਉਹ ਕਹਿੰਦੇ ਵੀ ਤੁਸੀਂ ਅਗਰ ਕੀੜੀ ਤੁਰੀ ਜਾਂਦੀ ਆ ਨਾ ਤੁਸੀਂ ਆਪਣੀ ਕੋਨਸਟਰੇਸ਼ਨ ਮਨ ਦੀ ਕਰ ਲਓ, ਤੁਸੀਂ ਕੀੜੀ ਨੂੰ ਮੂਵ ਕਰ ਸਕਦੇ ਹੋ, ਇੰਨਾ ਧਿਆਨ ਤੁਹਾਡੀ ਪਰ ਕੋਨਸਟਰੇਸ਼ਨ ਚਾਹੀਦੀ ਆ। ਠੀਕ ਹੈ, ਅਰਦਾਸ ਵੇਲੇ ਵੀ ਇੱਕ ਬਹੁਤ ਵੱਡੀ ਕੋਨਸਟਰੇਸ਼ਨ ਦੀ ਲੋੜ ਆ। ਠੀਕ ਹੈ, ਅਤੇ ਇਹ ਜਿਹੜੀ ਇੱਕ ਅਰਦਾਸ ਜਿਹੜੀ ਆਪਾਂ ਜਿਹੜੀ ਪੰਥ ਨੇ ਬਣਾਈ ਆ ਜੀ, ਇਹਦੇ ਵਿੱਚ ਇੱਕ ਹਿਸਟਰੀ ਹੋਈ ਨਹੀਂ ਹੈਗੀ, ਇਹ ਇੱਕ ਕੌਂਸਲਿੰਗ ਵੀ, ਮੈਂ ਇਹਨੂੰ ਕੌਂਸਲਿੰਗ ਵੀ ਮੰਨਦਾ। ਅੱਛਾ ਜੀ, ਦੇਖੋ ਗੋਰੇ ਕੌਂਸਲਿੰਗ ਦੇ ਪੈਸੇ ਲੈਂਦੇ ਨੇ, ਬਿਲਕੁਲ ਉਹ ਗੱਲਾਂ ਹੀ ਕਰਦੇ ਨੇ, ਗੱਲਾਂ ਹੀ ਕਰਦੇ ਨੇ, ਗੱਲਾਂ ਕਰਕੇ ਤੁਹਾਨੂੰ ਉਹ ਜਿਹੜਾ ਬੰਦਾ ਮਨ ਕਰਕੇ ਡਿੱਗਿਆ ਹੁੰਦਾ ਨਾ ਉਹਨੂੰ ਖੜਾ ਕਰਦੇ ਨੇ। ਬਿਲਕੁਲ, ਇਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬਿਮਾਰੀ ਆ ਜਿਹਦੇ ਕਰਕੇ ਲੋਕੀਆਂ ਨੂੰ ਹੋਰ ਫਿਜ਼ੀਕਲ ਬਿਮਾਰੀਆਂ ਲੱਗਦੀਆਂ ਉਹ ਹੈਗੀਆਂ ਮਾਨਸਿਕ ਰੋਗ। ਹਾਂਜੀ, ਸਭ ਤੋਂ ਪਹਿਲਾਂ ਬੰਦੇ ਨੂੰ ਤਕਵੀਰ ਸਾਹਿਬ ਕਹਿੰਦੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਜਿਹਦਾ ਮਨ ਨਹੀਂ ਡਿੱਗਦਾ ਉਹਦੇ ਸਰੀਰ ਨੂੰ ਬਹੁਤ ਘੱਟ ਰੋਗ ਲੱਗਦੇ ਨੇ। ਇਸੇ ਕਰਕੇ ਸਾਡੇ ਬਜ਼ੁਰਗਾਂ ਨੂੰ ਲੱਗਦਾ ਕਿ ਮਨ ਕਰਕੇ ਬਹੁਤ ਤਕੜੇ ਹੁੰਦੇ ਸੀ, ਹੈ ਨਾ। ਜਿਹੜਾ ਮਨ ਆ ਇਹ ਗੋਰੇ ਇਹ ਜਿਹੜੀ ਸਾਇੰਸ ਆ ਜਾਂ ਡਾਕਟਰ ਵੀ ਆ ਉਹ ਵੀ ਕਹਿੰਦੇ ਆ ਜਿਹੜਾ ਜਿਹੜੀ ਮੈਂਟਲ ਇਸ ਵੇਲੇ ਹਰ ਤੀਜਾ ਬੰਦਾ ਪਾਗਲ ਹੋਇਆ, ਬਿਲਕੁਲ ਇਸ ਤਰ੍ਹਾਂ ਦੀ ਸਟ੍ਰੈਸ ਲੋਕਾਂ ਨੂੰ ਇੰਨੀ ਸਟ੍ਰੈਸ ਆ ਮਨ ਕਰਕੇ ਆ। ਬਿਲਕੁਲ, ਮੈਂ ਇਹਨੂੰ ਅਰਦਾਸ ਨੂੰ ਹੋਰ ਤਰੀਕੇ ਨਾਲ ਲੈਣਾ ਕਿ ਜਦੋਂ ਤੁਸੀਂ ਉਸ ਲਫ਼ਜ਼ ਉਹ ਸੁਣਦੇ ਨੇ ਨਾ, ਆਪਾਂ ਸੁਣਦੇ ਹਾਂ ਭਾਵੇਂ ਉਹ ਇੱਕ ਵਾਰੀ ਸੁਣਦੇ ਹਾਂ ਚਾਹੇ ਦਿਹਾੜੀ ਦੋ ਵਾਰੀ ਸੁਣਦੇ ਹਾਂ, ਉਹ ਇੱਕ ਕੌਂਸਲਿੰਗ ਵੀ ਆ ਕਿ ਤੁਹਾਡੇ ਮਨ ਨੂੰ ਖੜਾ ਕਰਨ ਵਾਲੀ। ਬਿਲਕੁਲ ਯਾਰ, ਮੈਂ ਕਿਹੜੀ ਗੱਲ ਪਿੱਛੇ, ਨਿੱਕੀ ਜਿਹੀ ਗੱਲ ਪਿੱਛੇ ਡਿੱਗਿਆ ਗੱਲ ਹੈਗੀ ਆ, ਹੈ ਨਾ। ਅਤੇ ਦੇਖੋ ਫਿਰ ਕਈ ਇਹ ਕਹਿੰਦੇ ਆ ਵੀ ਆਪਣਾ ਹਰਿਮੰਦਰ ਸਾਹਿਬ ਤਾਂ ਬੜਾ ਪਿੱਛੇ ਚੱਲਿਆ ਸੀ, ਮੈਂ ਪਹਿਲਾਂ ਵੀ ਉਸ ਬਾਰੇ ਲਿਖਿਆ ਸੀਗਾ, ਅਤੇ ਇਸ ਦੇਖੋ ਹੁਣ ਜੇ ਕਿਸੇ ਦੀ ਬਾਂਹ ਕੱਟੀ ਹੋਈ ਆ, ਹਾਂਜੀ ਹੈ ਨਾ, ਅਤੇ ਉੱਥੇ ਜਾ ਕੇ ਆਪਾਂ ਅਰਦਾਸ ਕਰੀਏ ਕਿ ਮੇਰੀ ਬਾਂਹ ਨਿਕਲਿਆ ਨਵੀਂ ਲੱਗ ਜੇ, ਐਂ ਤਾਂ ਹੋਣਾ ਨਹੀਂ। ਕੁਦਰਤ ਦਾ ਇੱਕ ਸਿਸਟਮ ਆ, ਕੁਦਰਤ ਨੂੰ ਓਵਰ ਰਾਈਡ ਕਦੀ ਨਹੀਂ ਗੁਰੂ ਸਾਹਿਬ ਨੇ ਕੀਤਾ, ਕੁਦਰਤ ਦੇ ਵਿੱਚ ਰਹਿ ਕੇ ਹੈਗਾ। ਬਿਲਕੁਲ, ਦੇਖੋ ਦਵਾਈ ਕੀ ਚੀਜ਼ ਆ, ਦਵਾਈ ਆਰਾਮ ਦੇ ਸਕਦੀ ਆ, ਬਿਲਕੁਲ ਹੈ ਤਾਂ ਉਹ ਕੁਛ ਵੀ ਨਹੀਂ, ਟੋਨਿਕ ਹੀ ਆ ਨਾ। ਹਾਂਜੀ ਹਾਂਜੀ, ਉਹ ਮੈਨੂੰ ਇੱਕ ਗੋਰੇ ਨੇ ਕਿਹਾ ਸੀ, ਕਹਿੰਦਾ ਗੱਲ ਸੁਣ ਸੁਰਜੀਤ, ਦਵਾਈ ਅੰਦਰ ਜਾ ਕੇ, ਦਵਾਈ ਸਿਰਫ ਦਵਾਈ ਹੁੰਦੀ ਆ, ਪਰ ਜਿਹੜਾ ਅੰਦਰ ਹੀਲਿੰਗ ਸਿਸਟਮ ਚੱਲ ਰਿਹਾ ਨਾ, ਦਵਾਈ ਦੇ ਨਾਲ ਹੀਲਿੰਗ ਸਿਸਟਮ ਚੱਲ ਰਿਹਾ, ਉਹਨੂੰ ਚਲਾਉਣ ਵਾਲਾ ਪਿੱਛੇ ਉਹ ਪਰਮਾਤਮਾ ਵਾਹਿਗੁਰੂ ਦੀ ਜੋਤ ਆ। ਠੀਕ ਹੈ, ਤਾਂ ਹੀ ਅਸਰ ਕਰੂਗੀ ਬੋਡੀ ਦੇ ਉੱਤੇ, ਕਿਉਂਕਿ ਸਿਸਟਮ ਤਾਂ ਚੱਲ ਹੀ ਰਿਹਾ ਨਾ, ਗੋਲੀ ਖਾਧੀ ਉਹਨੂੰ ਗੋਲੀ ਨੂੰ ਇੱਥੋਂ ਤੱਕ ਪਹੁੰਚਾ ਕੇ ਸਿਰ ਤੱਕ ਪਹੁੰਚਾਉਣਾ, ਜਿਹੜਾ ਸਿਸਟਮ ਆ ਨਰਵ ਕੰਮ ਕਰਦੇ ਨੇ ਉਹਦੇ ਵਿੱਚ, ਜਿਹੜਾ ਕੋਈ ਬਿਜਲੀ ਕੰਮ ਕਰਦੀ ਆ, ਜਿਹੜੀ ਕੋਈ ਸ਼ਕਤੀ ਕੰਮ ਕਰ ਰਹੀ ਆ, ਉਹਦਾ ਚਲਾਉਣ ਵਾਲਾ ਤਾਂ ਉਹੀ ਆ, ਉਹੀ ਹੈ ਨਾ। ਉਹ ਜਦੋਂ ਫਿਰ ਤੁਹਾਡੇ ਅੰਦਰ ਜਦੋਂ ਤੁਸੀਂ ਅਰਦਾਸ ਕਰਦੇ ਆ, ਤੁਹਾਡੇ ਅੰਦਰ ਉਹ ਮਨ ਪਲਕ ਮਨ ਕਰਕੇ ਤੁਸੀਂ ਖੜੇ ਹੁੰਦੇ ਹੋ ਨਾ, ਅਤੇ ਉਹ ਮੈਂ ਆਪਣੀ ਪਰਸਨਲ ਵੀ ਉਹਦੇ 'ਚ ਮੈਂ ਇੱਕ ਕੀਤੀ ਸੀ ਗੱਲ ਕਿ ਮੈਨੂੰ ਨਾ ਪਹਿਲਾਂ ਇੰਡੀਆ 'ਚ ਵੀ ਮੈਨੂੰ ਥੋੜ੍ਹੀ ਜਿਹੀ ਸਕਿਨ ਦੀ ਪ੍ਰੋਬਲਮ ਸੀਗੀ। ਅੱਛਾ ਜੀ, ਇੱਥੇ ਆ ਕੇ ਮੇਰੇ ਨਾ ਉਹਨੂੰ ਸ਼ਿਮਸ ਕਹਿੰਦੇ ਆ, ਜਿੱਦਾਂ ਉਹ ਰੱਬ ਨਾ ਹੀ ਲਾਵੇ ਕਿਸੇ ਨੂੰ, ਉਹ ਇਸ ਤਰ੍ਹਾਂ ਹੁੰਦਾ ਕਿ ਸਕਿਨ ਦੇ ਅੰਦਰੋਂ ਤੁਹਾਨੂੰ ਐਂ ਲੱਗਦਾ ਜਿਵੇਂ ਤੁਹਾਨੂੰ ਅੰਦਰੋਂ ਕੋਈ ਮੇਖਾਂ ਦੇ ਵਿੱਚੋਂ ਨਿਕਲ ਰਹੀਆਂ, ਅੱਛਾ ਜੀ, ਪਾੜ ਕੇ ਸਕਿਨ। ਅਤੇ ਮੈਂ ਰਾਤ ਨੂੰ 10-8-9 ਵਜੇ 7 ਵਜੇ ਅਤੇ ਮੇਰੇ ਇਸ ਤਰ੍ਹਾਂ ਸ਼ੁਰੂ ਹੋ ਜਾਣਾ, ਅੱਗ ਲੱਗ ਜਾਣੀ ਅੰਦਰੋਂ ਇਸ ਤਰ੍ਹਾਂ ਹੋਣਾ, ਮੈਂ ਟੱਬ ਇੱਥੇ ਦੇਖੋ ਕਿੰਨਾ ਠੰਡ ਹੁੰਦੀ, ਪਾਣੀ ਠੰਡਾ ਹੁੰਦੀ, ਬਰਫ਼ ਵਰਗ, ਉਹਦੇ ਵਿੱਚ ਵੀ ਮੈਂ ਬਰਫ਼ ਸਿੱਟ ਕੇ, ਅੱਛਾ ਜੀ, ਅਤੇ ਮੈਂ ਟੱਬ 'ਚ ਬਹਿੰਦਾ ਹੁੰਦਾ ਸੀਗਾ, ਇੰਨੀ ਅੰਦਰੋਂ ਜਲਣ, ਅਤੇ ਇੰਨੀਆਂ ਅੱਗਾਂ, ਇੰਨੀ ਇਸ ਤਰ੍ਹਾਂ ਮੇਰੇ ਨਾਲ ਹੋਣਾ, ਹੈ ਨਾ। ਮੈਂ ਸਾਰੇ ਐਲਰਜੀ ਚੈੱਕ ਕਰਾਈ, ਸਾਰਾ ਕੁਛ ਡਾਕਟਰਾਂ ਕੋਲ ਗਿਆ, ਸਪੈਸ਼ਲਿਸਟ ਕੋਲ ਗਿਆ, ਕਿਤੇ ਮੈਨੂੰ ਆਰਾਮ ਨਹੀਂ ਆਇਆ। ਫਿਰ ਹੁਣ ਤੁਹਾਡੇ ਕੋਲ ਸੋਰਸ ਕੀ ਆ, ਇੱਕੋ ਹੀ ਆ ਨਾ, ਇੱਕੋ ਹੀ ਆ, ਇੱਕ ਫਿਰ ਉਦੋਂ ਜਦੋਂ ਤੁਸੀਂ ਜਦੋਂ ਤੁਹਾਡਾ ਵੀ ਸੋਰਸ ਹੀ ਇੱਕ ਰਹਿ ਜੇ, ਬਿਲਕੁਲ, ਫਿਰ ਉਹ ਬੰਦਾ ਕਿੱਥੇ ਜਾਊ। ਹਾਂਜੀ, ਫਿਰ ਮੈਂ ਇੱਕ ਆਪਣੇ ਕਮਰੇ ਦੇ ਵਿੱਚ ਮੈਂ ਕਿਸੇ ਨੂੰ ਦੱਸਿਆ ਆਪਣਾ ਲੌਕ ਲਾ ਲਿਆ, ਹਾਂਜੀ, ਮੈਂ ਸਾਰੇ ਦਸਤਾਰ ਵਗੈਰਾ ਸਾਰਾ ਕੁਛ ਲਾ ਕੇ ਆਪਣੇ ਕੱਪੜੇ ਲਾ ਕੇ, ਈਵਨ ਮੈਂ ਅਲਫ ਨੰਗਾ ਹੋ ਗਿਆ ਸੀਗਾ, ਜਿਵੇਂ ਬੱਚਾ ਜੰਮਦਾ, ਜਿਵੇਂ ਬੱਚੇ ਜੰਮਦਾ, ਬਿਲਕੁਲ। ਮੈਂ ਉਦੋਂ ਉਸ ਕਿਹਨੂੰ ਰੱਬ ਕਹਿ ਲਓ, ਜੋਤ ਕਹਿ ਲਓ, ਉਹਨੂੰ ਕੁਛ ਕਹਿ ਲਓ, ਉਹਨੂੰ ਨੂਰ ਕਹਿ ਲਓ, ਗੁਰੂ ਕਹਿ ਲਓ, ਉਹਦੇ ਸਾਹਮਣੇ ਖੜਾ ਹੋ ਗਿਆ ਕਿ ਜੇ ਕੋਈ ਕ੍ਰੀਏਟਰ ਹੈ ਜਿਹਨੇ ਮੈਨੂੰ ਤੂੰ ਪੈਦਾ ਕੀਤਾ ਨਾ ਬੱਚੇ, ਜਿਸ ਧਰਤੀ 'ਤੇ ਭੇਜਿਆ, ਮੇਰੇ ਕੋਲ ਦੁੱਖ ਨਹੀਂ ਸਹਿਲਦਾ, ਬਈ ਹੱਥ ਖੜੇ ਨੇ ਜੀ, ਇਨਾਫ ਇਜ਼ ਇਨਾਫ, ਮੈਂ ਸਾਰਾ ਇਲਾਜ ਕਰਾ ਚੁੱਕਿਆ, ਪਰ ਬਈ ਮੈਂ ਕਿਹਾ ਸ੍ਰੀ ਹਰਿਕ੍ਰਿਸ਼ਨ 'ਤੇ ਆਈਏ, ਜਿਸ ਡਿੱਠੇ ਸਭ ਸੁੱਖ ਜਾਏ, ਮੈਂ ਉੱਪਰ ਇਸ ਤਰ੍ਹਾਂ ਕੀਤਾ। ਹੁਣ ਇਹਨੂੰ ਕੋਈ ਮੰਨੇ ਜਾਂ ਨਾ ਮੰਨੇ ਜੀ, ਮੈਂ ਤੁਹਾਡੇ ਨਾਲ ਇਸ ਟਾਈਮ ਸਾਹਮਣੇ ਆਪਣੇ ਸਰੋਤਿਆਂ ਦੇ, ਮੈਂ ਸੌਂ ਤਾਂ ਮੈਂ ਕਦੇ ਜ਼ਿੰਦਗੀ 'ਚ ਖਾਧੀ ਨਹੀਂ, ਪਰ ਮੰਨ ਲਓ ਵੀ ਮੈਂ ਖਾਧੀ ਆ, ਮੈਂ ਇਸ ਤਰ੍ਹਾਂ ਦੇ ਹੱਥ ਕੀਤੇ ਸੀਗੇ ਨਾ, ਮੈਂ ਕਿਹਾ ਵੀ ਮਤਲਬ ਹੈਲਪ ਮੀ ਐਂਡ ਕਿਉਰ ਮੀ, ਐਂਡ ਮੈਂ ਉੱਥੇ ਮੇਰੇ ਹੱਥ ਥੱਲੇ ਆਉਣ ਤੋਂ ਪਹਿਲਾਂ ਮੈਂ ਠੀਕ ਸੀ। ਵਾਹ ਜੀ, ਸੋ
ਅਰਦਾਸ ਵਿੱਚ ਤਾਕਤ ਹੈ, ਤਾਕਤ ਹੈ, ਪਰ ਗੁਰੂ ਸਾਹਿਬ ਨੇ ਇਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਕਰਾਮਾਤ ਨਹੀਂ ਦਿਖਾਇਆ, ਉਹਨਾਂ ਨੇ ਆਪ ਨਹੀਂ ਕੀਤਾ, ਉਹਨਾਂ ਨੇ ਅਰਦਾਸ ਦੀ ਤਾਕਤ ਬਹੁਤ ਵੱਡੀ ਹੈ। ਇੱਕ ਇੱਕ ਹੋਰ ਕਹਾਣੀ ਜਿਹੜੀ ਇਹਦੇ ਵਿੱਚ ਮੈਂ ਇੱਕ ਤੁਹਾਡਾ ਲੇਖ ਕਹਿ ਲਓ ਜਾਂ ਕਹਾਣੀ, ਫਿਕਰ ਨਾ ਕਰ ਜੀ, ਉਹਦੇ ਵਿੱਚ ਸੀਗਾ ਕਿ ਪੰਜਾਬੀ ਦੇ ਤਿੰਨ ਅੱਖਰ ਨੇ ਹਾਂਜੀ ਬਈ ਮੈਂ ਜੋ ਹਾਂ ਜੀ, ਇਹਦੇ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਸਮਝ ਪਾਓ। ਇਹਨੂੰ ਬਹੁਤ ਤਰੀਕੇ ਲਿਖਿਆ ਨਾ, ਇੱਕ ਗੋਰਿਆਂ ਦੇ ਜਿੱਦਾਂ ਨਾ ਆਪਣੇ ਜਿੱਦਾਂ ਪਹਿਲਾਂ ਸਮਾਜ ਤੋਂ ਕਹਿ ਲਓ ਵੀ ਆਪਾਂ ਕਦੀ ਕਿਸੇ ਨੂੰ ਸਾਹਮਣੇ ਆਪਣੀ ਭੈਣ ਨੂੰ ਜਾਂ ਆਪਣੇ ਪੁੱਤਰ ਨੂੰ ਜਾਂ ਆਪਣੀ ਧੀ ਨੂੰ ਜਾਂ ਆਪਣੇ ਪਿਓ ਨੂੰ ਮਾਂ ਨੂੰ ਅਸੀਂ ਕਦੀ ਨਹੀਂ ਕਹਿ ਸਕਦੇ ਮੈਂ ਤੈਨੂੰ ਬਹੁਤ ਪਿਆਰ ਕਰਦਾ, ਆਈ ਲਵ ਯੂ ਕਹਿੰਦੇ ਨਹੀਂ, ਆਈ ਲਵ ਯੂ ਕਹਿੰਦੇ, ਆਈ ਲਵ ਤਾਂ ਗੋਰਿਆਂ ਨੂੰ ਲੱਗਦਾ ਨਾ, ਇਹ ਤਾਂ ਆਪਾਂ ਇਹਨਾਂ ਤੋਂ ਇਹ ਤੋਂ ਮੰਗਿਆ ਹੋਇਆ, ਚਲੋ ਇਹਦਾ ਭਾਵ ਵੀ ਜਿਹੜਾ ਹੈਗਾ ਅਸੀਂ ਪੰਜਾਬੀ ਉਹ ਹੀ ਕਹਿੰਦੇ, ਇਹ ਤਾਂ ਭਾਵ ਤਾਂ ਸੇਮ ਹੀ ਆ ਪਰ ਅਸੀਂ ਇਹ ਕਹਿ ਨਹੀਂ ਸਕਦੇ। ਪਰ ਤੁਹਾਡੇ 50-50 ਸਾਲ ਵਿਆਹ ਵੀ ਹੋ ਗਿਆ, ਐਨਵਰਸ ਵੀ ਕੋਈ ਮਨਾਉਂਦਾ, ਪਰ ਕੋਈ ਅੱਖਾਂ 'ਚ ਅੱਖਾਂ ਪਾ ਕੇ ਇਉਂ ਨਹੀਂ ਕਹਿ ਸਕਦਾ ਕਿ ਯੂ ਨੋ ਵੀ ਮੈਂ ਤੈਨੂੰ ਪਿਆਰ ਬਹੁਤ ਕਰਦਾ, ਬਿਲਕੁਲ ਇਹ ਸਾਡੀ ਸਾਡੇ ਕੋਲ ਲਫ਼ਜ਼ ਹੀ ਹੈ ਨਹੀਂ ਉਹ, ਕਿਉਂਕਿ ਜਿਹੜਾ ਇਹ ਸਾਡਾ ਹਾਵ ਭਾਵ ਆ ਪਿਆਰ ਦੇ ਉਹ ਸਾਡੇ ਜਾਂ ਤਾਂ ਬਜ਼ੁਰਗਾਂ ਨੇ ਬਣਾਏ ਨਹੀਂ ਜਾਂ ਅਸੀਂ ਉਹਨੂੰ ਵਰਤਿਆ ਨਹੀਂ, ਜਿਹੜੀ ਚੀਜ਼ ਨੂੰ ਵਰਤੀ ਜਾਓ ਫਿਰ ਉਹ ਨੋਰਮਲ ਗੱਲ ਹੋ ਜਾਂਦੀ, ਉਹ ਕਹਿਣੀ ਸੌਖੀ ਲੱਗਦੀ ਆ, ਜਦੋਂ ਤੁਸੀਂ ਇੱਕੋ ਵਾਰੀ ਵਰਤੇ ਫਿਰ ਥੋੜ੍ਹਾ ਜਿਹਾ ਹੋ ਜਾਂਦਾ। ਅਤੇ ਮੈਂ ਸੋਚਦਾ ਵੀ ਜਿਹੜੇ ਗੋਰਿਆਂ ਨੇ ਲਫ਼ਜ਼ ਬਣਾ ਕੇ ਆਈ ਲਵ ਯੂ, ਹੁਣ ਸਾਡੇ ਛੋਟੇ ਛੋਟੇ ਪੋਤੇ ਪੋਤਰੀਆਂ ਨੇ ਉਹਨਾਂ ਨੂੰ ਵੀ ਮੈਂ ਇਵੇਂ ਕਹਿੰਦਾ ਕਿ ਆਈ ਲਵ ਯੂ, ਹੈ ਨਾ, ਵੀ ਮੇਰੇ ਕੋਲ ਉਹਨਾਂ ਨੂੰ ਉਹ ਨਹੀਂ ਵਰਤ ਸਕਦਾ, ਪਰ ਮੈਂ ਸੋਚਿਆ ਵੀ ਸਾਡੇ ਕੋਲ ਕਿਹੜੇ ਲਫ਼ਜ਼ ਨੇ ਜਿਹੜੇ ਏਡੇ ਇਦੋਂ ਵੀ ਪਾਵਰਫੁਲ ਨੇ, ਬਹੁਤ ਇਹ ਤਿੰਨ ਅੱਖਰ ਬੜੇ ਪਾਵਰਫੁਲ ਨੇ, ਸਾਰੀ ਦੁਨੀਆ ਵਰਤ ਰਹੀ ਆ ਜੀ ਆਈ ਲਵ ਯੂ, ਸਾਰੀ ਜਿੱਥੇ ਮਰਜ਼ੀ ਚਲ ਜਾਓ ਆਈ ਲਵ, ਆਈ ਲਵ, ਸਾਰੀ ਦੁਨੀਆ ਨੇ ਇਸ ਲਫ਼ਜ਼ ਨੂੰ ਅਪਣਾ ਲਿਆ। ਬਿਲਕੁਲ, ਫਿਰ ਮੈਂ ਆਪਣੀ ਬੋਲੀ ਵਿੱਚ ਦੇਖਿਆ ਕਿ ਸਾਡੀ ਬੋਲੀ 'ਚ ਕੀ ਆ ਜੀ, ਅਤੇ ਉਹ ਇਸ ਤਰ੍ਹਾਂ ਹੋਇਆ ਅਤੇ ਇੱਕ ਦਿਨ ਮੇਰੇ ਨਾਲ ਮੈਂ ਉਹ ਕੰਮ ਛੱਡਿਆ ਅਤੇ ਮੈਨੂੰ ਮੈਂ ਕਿਸੇ ਦੀ ਸ਼ਿਫਟ ਲਾ ਰਿਹਾ ਸੀ, ਉਹ ਕਹਿੰਦੇ ਮੇਰੀ ਕਾਰ ਦੇ ਵਿੱਚ ਤੈਨੂੰ ਰਾਈਡ ਦੇ ਦੂੰਗਾ, ਠੀਕ ਹੈ, ਅਤੇ ਉਹ ਜਦੋਂ ਕਾਰ ਚਲਾਵੇ ਅਤੇ ਉਹਦੇ ਮੈਨੂੰ ਲੱਗਿਆ ਵੀ ਇਹ ਬੰਦਾ ਨੋਰਮਲੀ ਠੀਕ ਸਹੀ ਨਹੀਂ ਚਲਾ ਰਿਹਾ, ਸਹੀ ਨਹੀਂ ਚਲਾ ਰਿਹਾ, ਅੱਛਾ ਵੀ ਕਾਰ ਨਹੀਂ ਸਹੀ ਚਲਾ ਰਿਹਾ, ਵੀ ਇਹਦੀ ਕਿਉਂਕਿ ਮੈਂ ਪਹਿਲਾਂ ਤਾਂ ਜਾਣਦਾ ਸੀ ਹਾਂਜੀ ਵੀ ਬੰਦਾ ਉਹ ਨਹੀਂ ਹੈਗਾ, ਇਹ ਤਾਂ ਇਹਨੂੰ ਕੀ ਹੋ ਗਿਆ ਹਾਂਜੀ, ਫਿਰ ਮੈਂ ਉਹਨੂੰ ਤਾਂ ਕੁਛ ਨਹੀਂ ਕਿਹਾ ਪਰ ਮੈਂ ਉਹਦੇ ਰਿਸ਼ਤੇਦਾਰ ਨੂੰ ਫੋਨ ਕੀਤਾ ਕਿ ਇਹ ਜਿਹੜਾ ਇਹਨੂੰ ਕੀ ਹੋ ਗਿਆ, ਉਹ ਕਹਿੰਦਾ ਭਾਅ ਜੀ ਇਹ ਤਾਂ ਬਸ ਪੁੱਛੋ ਨਾ ਜੀ। ਅੱਛਾ, ਮੈਂ ਕਿਹਾ ਜੇ ਇਹਦਾ ਇਹੀ ਹਾਲ ਰਿਹਾ ਇਹਨੇ ਸੁਸਾਈਡ ਕਰ ਲੈਣੀ ਆ, ਮੈਨੂੰ ਤਾਂ ਐਂ ਲੱਗਿਆ। ਬਿਲਕੁਲ, ਉਹ ਕਹਿੰਦਾ ਭਾਅ ਜੀ ਤੁਹਾਡੀ ਗੱਲ ਸੱਚੀ ਆ, ਮੈਂ 2 ਵਾਰੀ ਇਹਦੇ ਹੱਥੋਂ ਭਰੀ ਹੋਈ ਗੰਨ ਫੜ ਚੁੱਕਿਆ। ਅੱਛਾ ਜੀ, ਇਹ ਤਾਂ ਬੰਦਾ ਮਤਲਬ ਇਸ ਸਿਚੁਏਸ਼ਨ 'ਚ ਪਹੁੰਚ ਚੁੱਕਿਆ ਆਲਰੇਡੀ। ਫਿਰ ਮੈਂ ਕਿਹਾ ਵੀ ਤੂੰ ਇਹਨੂੰ ਤੂੰ ਖੜ ਦੇ ਨਾਲ, ਕਹਿੰਦਾ ਦੱਸੋ ਕੀ ਕਹੀਏ। ਹਾਂਜੀ, ਫਿਰ ਮੈਂ ਕਿਹਾ ਇਹਨੂੰ ਇਉਂ ਕਹਿ ਵੀ ਤੂੰ ਫਿਕਰ ਨਾ ਕਰ, ਮੈਂ ਜੋ ਹੈ ਮੈਂ ਜੋ ਹੈਗਾ, ਇਹ ਜਿਹੜੇ ਨਾ ਮੈਂ ਜੋ ਹਾਂ, ਹਾਂਜੀ, ਇਹ ਇੱਕ ਬਹੁਤ ਵੱਡੀ ਹੈਗੀ ਆ ਲਫ਼ਜ਼ ਸਾਡੇ 'ਚ ਤਾਕਤ ਆ ਜੀ, ਭੈਣ ਹੋਵੇ ਭਰਾ ਹੋਵੇ ਕਿੰਨਾ ਬੰਦਾ ਡੋਲਿਆ ਮੈਂ ਹੈਗਾ। ਮਹਾਰਾਜ ਨੇ ਕਿਹਾ ਜੈਸੇ ਰਣਵੇਂ ਸਖਾ ਭਰਾਤ, ਲੜਾਈ ਦੇ ਵਿੱਚ ਕਹਿੰਦਾ ਲੜਾਈ ਲੱਗੀ ਹੋਵੇ ਭਰਾ ਕਹਿ ਦੇ ਮੈਂ ਜੋ ਹੈਗਾ, ਮੈਂ ਜੋ ਹੈਗਾ, ਖੜ ਜਾ। ਹਾਂਜੀ, ਇੱਕ ਮਾਨਸਿਕ ਬਲ ਕਿਸੇ ਬੰਦੇ ਨੂੰ ਡਿੱਗੇ ਹੋਏ ਨੂੰ ਖੜਾ ਕਰਨਾ, ਉਹਨੂੰ ਇੱਕ ਵਾਰੀ ਕਹਿ ਦੇ ਘਬਰਾ ਨਾ ਮੈਂ ਹੈਗਾ, ਫਿਕਰ ਨਾ ਕਰ, ਫਿਕਰ ਨਾ ਕਰ, ਮੈਂ ਜੋ ਹਾਂ। ਠੀਕ ਹੈ ਜੀ, ਬਹੁਤ ਪਿਆਰੀ ਗੱਲ ਸੀ ਜੀ, ਮੈਨੂੰ ਬੜੀ ਚੰਗੀ ਲੱਗੀ। ਅਤੇ ਨਾਲ ਦੇ ਨਾਲ ਆਪਾਂ ਹੋਰ ਕਹਾਣੀਆਂ ਦਾ ਤੁਹਾਡੀਆਂ ਚੀਜ਼ਾਂ ਦਾ ਜ਼ਿਕਰ ਕਰਦੇ ਜਾਵਾਂਗੇ ਜੀ। ਇੱਕ ਸੀਗਾ ਸੂਰਮਾ ਪਿਓ ਜੀ, ਸੂਰਮਾ ਪਿਓ ਹੈਡਿੰਗ ਥੱਲੇ ਨਾ ਬੜੀ ਪਿਆਰੀ ਕਹਾਣੀ ਆ ਜੀ। ਇਹ ਕਹਾਣੀਆਂ ਮਤਲਬ ਤੁਹਾਨੂੰ ਬੁਣਨੀਆਂ ਪੈਂਦੀਆਂ ਨੇ ਜਾਂ ਸਮਾਜ ਚੋਂ ਲੱਭ ਜਾਂਦੀਆਂ ਨੇ ਜਾਂ ਹੱਡ ਬੀਤੀਆਂ ਹੁੰਦੀਆਂ? ਬਹੁਤ ਸਾਰੀਆਂ ਮੇਰੀ ਹੱਡ ਬੀਤੀਆਂ ਨੇ। ਅੱਛਾ ਜੀ, ਹਾਂਜੀ, ਉਹ ਫਿਰ ਜਦੋਂ ਜੇ ਕਿਸੇ ਨਾਲ ਉਹ ਸਾਂਝੀ ਨਾ ਕਰੋ ਕਹਾਣੀ ਮਰ ਜਾਂਦੀ ਆ। ਬਹੁਤ ਦੁਨੀਆਂ ਦੇ ਵਿੱਚ ਗਿਆਨ ਆ ਜਿਹੜਾ ਲੈ ਕੇ ਲੋਕੀ ਆਪਣੇ ਨਾਲ ਹੀ ਤੁਰ ਗਏ, ਜਿਹੜਾ ਕਿਸੇ ਨਾਲ ਦੱਸ ਨਹੀਂ ਸਕੇ, ਕਿਉਂਕਿ ਹੁਣ ਸਾਡੇ ਕੋਲ ਸੋਸ਼ਲ ਮੀਡੀਆ ਕਿਤਾਬਾਂ ਸਾਡੇ ਕੋਲ ਬੋਲੀ ਸਾਰਾ ਕੁਛ ਹੁਣ ਇੰਨਾ ਸਾਡੇ ਕੋਲ ਕੁਛ ਹੋ ਗਿਆ ਕਿ ਤੁਸੀਂ ਆਪਣੀ ਇੱਕ ਗੱਲ ਹਜ਼ਾਰਾਂ ਲੋਕਾਂ ਤੱਕ ਰਿਕਮੈਂਡ ਪਹੁੰਚਾ ਸਕਦੇ ਹੋ। ਸੋ ਕਿਉਂ ਨਾ ਇਹ ਗੱਲ ਮੈਂ ਲਿਖਾਂ, ਅਤੇ ਮੈਂ ਆਪਣੇ ਬਾਪ ਦੀ ਮੇਰੀ ਕਹਾਣੀ ਆ। ਅੱਛਾ ਜੀ, ਇਹ ਹੁਣ ਤੁਹਾਨੂੰ ਰੋਲਿਆਂ ਵਾਲੇ ਸਾਲ ਉਹਨਾਂ ਨੇ ਮੈਨੂੰ ਦੱਸਿਆ ਕਿ ਹੁਣ ਸੂਰਮਾ ਦਾ ਲੋਕੀ ਹੁੰਦੇ ਵੀ ਜੰਗ ਦੇ ਵਿੱਚ ਲਾ ਕੇ ਲੜਕੇ ਮਾਰਦੇ ਨੇ, ਅਤੇ ਉਹ ਭੱਜਿਆ ਆ ਛੱਡ ਗਏ। ਅੱਛਾ ਜੀ, ਮੈਂ ਕਿਹਾ ਇਹ ਮੇਰਾ ਬੁਜ਼ਦਲ ਪਿਓ ਆ ਕਿ ਸੂਰਮਾ ਪਿਓ ਆ? ਉਹ ਹੋਇਆ ਕਿ ਸਾਡੇ ਪਿੰਡਾਂ ਦੇ ਵਿੱਚ ਜਦੋਂ ਮੁਸਲਮਾਨਾਂ ਰੌਲਾ ਪਿਆ, ਇੱਕ ਡਾਕਟਰ ਸੀਗਾ ਅਤੇ ਉਹਨੇ ਨਾ ਸਾਰੇ ਪਿੰਡਾਂ ਦੇ ਮੁਸਲਮਾਨ ਇਕੱਠੇ ਕਰ ਲਏ, ਅੱਛਾ ਆਓ ਮੈਂ ਤੁਹਾਨੂੰ ਬਾਰਡਰ ਪਾਰ ਕਰਾਊਂਗਾ, ਉਹਨਾਂ ਤੋਂ ਪੈਸੇ ਲੈ ਲਏ। ਠੀਕ ਹੈ, ਜਦੋਂ ਉਹ ਵਿਚਾਰੇ ਉਹਨੇ ਹੱਥੇ ਸੀਗੇ ਅੰਦਰ ਬਣੇ, ਉਹਦੀ ਕੋਠੀ ਦੇ ਵਿੱਚ ਅੰਦਰ ਬੰਦ ਸੀਗੇ, ਮੁੜ ਕੇ ਉਹਨੇ ਪਿੰਡਾਂ 'ਚ ਸਨੇਹੇ ਭੇਜਦੇ, ਆ ਜਾਓ ਜਿਹਨੇ ਮੁਸਲਮਾਨ ਵੱਢਣੇ ਆ ਜਾਓ ਇੱਥੇ, ਤੁਹਾਨੂੰ ਚਾਂਸ ਹੈਗਾ, ਆ ਜਾਓ ਇਹਨਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿਓ। ਹੁਣ ਮੇਰਾ ਪਿਓ ਵੀ ਜਵਾਨ ਸੀਗਾ, ਉਹਨੂੰ ਵੀ ਨਾਲ ਲੈ ਕੇ ਪਿੰਡ ਦੀ ਮੰਡੀ ਜਿੱਦਾਂ ਹੁੰਦੀ ਵੀ ਚੱਲ ਵੀ ਲੜਨ ਸਿਆ, ਤੂੰ ਜਿਹੜੇ ਉਸ ਟਾਈਮ ਦੇ ਜਵਾਨ ਬੰਦੇ ਸੀ, ਚਲੋ ਇਦਾਂ ਉਹਨੂੰ ਪਤਾ ਨਹੀਂ ਕੀ ਕਹਿ ਕੇ ਲੈ ਕੇ ਗਏ, ਪਰ ਉਹ ਨਾਲ ਲੈ ਗਏ। ਜਦੋਂ ਉਹਨੇ ਦੇਖਿਆ ਕਿ ਮੁਸਲਮਾਨ ਵਿਚਾਰੇ ਉਹ ਇੱਕ ਇੱਕ ਨੂੰ ਕੱਢ ਰਹੇ ਅੰਦਰੋਂ ਕੋਠੀ ਦੇ ਵਿੱਚੋਂ ਅਤੇ ਉਹਨੂੰ ਵੱਢ ਰਹੇ ਨੇ, ਉਹਦਾ ਸਿਰ ਵੱਢੀ ਜਾ ਰਹੇ ਨੇ, ਉਹ ਉੱਥੋਂ ਛੱਡ ਕੇ ਭੱਜਿਆ ਕਿ ਮੈਂ ਇਹ ਕੰਮ ਨਹੀਂ ਕਰਨਾ।
ਉਹ ਹੁਣ ਉਸ ਟਾਈਮ ਉਹਨਾਂ ਨੇ ਕਿਹਾ ਇਹ ਬੁਜ਼ਦਲ ਛੱਡ ਕੇ ਭੱਜ ਗਿਆ, ਇਹਦਾ ਭੱਜ ਗਿਆ ਬੰਦਾ ਛੱਡ ਕੇ, ਇਹਦਾ ਮੈਂ ਕਿਹਾ ਨਹੀਂ ਮੇਰਾ ਪਿਓ, ਮੇਰਾ ਬਹੁਤ ਸੁਰਮਾ ਪਿਓ ਸੀ, ਸੁਰਮਾ ਪਿਓ, ਕਿਆ ਬਾਤ ਹੈ ਜੀ, ਬਹੁਤ ਪਿਆਰੀ ਗੱਲ ਜੀ। ਸਮਾਂ ਹੋ ਗਿਆ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਉਂਦੇ ਹਾਂ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, ਸ਼ਾਵਾ ਟੀਵੀ ਚੈਨਲ ਨੰਬਰ 399। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਅਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਪ੍ਰੋਗਰਾਮ ਆਪਣੇ ਆਖਰੀ ਪੜਾਅ ਦੇ ਵਿੱਚ ਆ ਅਤੇ ਗੱਲਬਾਤ ਕਰ ਰਹੇ ਹਾਂ ਭਾਈ ਸਰਜੀਤ ਸਿੰਘ ਵਿਰਕੁਣੇ ਦੀ ਕਿਤਾਬ ਲਫ਼ਜ਼ਾਂ ਦੀ ਲੋਅ ਦੇ ਬਾਰੇ ਵਿੱਚ। ਵੀਰ ਜੀ, ਇਹ ਕਿਤਾਬ ਤੁਸੀਂ ਇੰਡੀਆ ਦੇ ਵਿੱਚ ਰਿਲੀਜ਼ ਕਰ ਦਿੱਤੀ ਹੈ ਅਤੇ ਹੁਣ ਇੱਥੇ ਕਦੋਂ ਕਰ ਰਹੇ ਹੋ? ਇੱਥੇ ਮੈਂ ਸੁੱਖੀ ਵਾਟਲਾ ਨਾਲ ਗੱਲ ਕੀਤੀ ਸੀਗੀ, ਬੜੇ ਬੜੇ ਪਿਆਰੇ ਦੋਸਤ ਰਹਿੰਦੇ ਹਨ ਅਤੇ ਉਹ ਪੰਜਾਬ ਭਵਨ ਦੇ ਵਿੱਚ ਹੋਰ ਵੀ ਕਿਤਾਬਾਂ ਉਹ ਰਿਲੀਜ਼ ਕਰਦੇ ਰਹਿੰਦੇ ਆ ਅਤੇ ਉਹਨਾਂ ਨੇ ਬਹੁਤ ਵੱਡੀ ਉਹ ਸੇਵਾ ਕਰ ਰਹੇ ਨੇ। ਬਿਲਕੁਲ ਜੀ, ਹਾਂਜੀ। ਅਤੇ ਉਹਨਾਂ ਨੇ ਮੈਂ ਗੱਲ ਕੀ, ਉਹ ਕਹਿੰਦੇ ਕੋਈ ਨਹੀਂ, ਆਪਾਂ 23 ਦਸੰਬਰ ਨੂੰ ਅਸੀਂ 1-4 ਵਜੇ ਦਾ ਪ੍ਰੋਗਰਾਮ ਰੱਖਿਆ ਫੰਕਸ਼ਨ, ਜਿੱਥੇ ਤੁਹਾਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ, ਹਾਂਜੀ, ਸਾਰੇ ਮੀਡੀਆ ਨੂੰ ਇਨਵਾਈਟ ਕੀਤਾ ਅਤੇ ਆਪਣੇ ਯਾਰ ਦੋਸਤ ਉੱਥੇ ਆਉਣਗੇ ਅਤੇ ਉੱਥੇ ਪਹੁੰਚੋ ਅਤੇ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਆਪਣੇ ਸੁਣ ਰਹੇ ਸਰੀ ਦੇ ਵਿੱਚ ਜਾਂ ਕੋਈ ਵੀ ਆਪਣਾ ਹੈਗਾ ਪ੍ਰੋਗਰਾਮ ਪਹੁੰਚ ਸਕਦਾ ਉੱਥੇ ਪਹੁੰਚਣ। ਅਤੇ ਜੇ ਕਿਤਾਬ ਕਿਸੇ ਨੇ ਦੂਰ ਦੁਰਾਡੇ ਪੜ੍ਹਨੀ ਚਾਹੇ ਕੋਈ ਜੀ, ਉਹਦਾ ਕੀ ਸੋਰਸ? ਉਹ ਅਸੀਂ ਹੁਣ ਅਸੀਂ ਸੈਟਅਪ ਸ਼ਾਇਦ ਐਮਾਜ਼ੋਨ 'ਤੇ ਵੀ ਕਰ ਦਈਏ ਕਿਉਂਕਿ ਸਾਡਾ ਜਿਹੜਾ ਪਹਿਲਾ ਐਡੀਸ਼ਨ ਆਲਮੋਸਟ ਮੁੱਕ ਹੀ ਚੁੱਕਿਆ। ਅੱਛਾ ਜੀ, ਹਾਂਜੀ। ਅਤੇ ਇੰਡੀਆ ਦੇ ਵਿੱਚ ਮੁੰਡਾ ਜਸਵਿੰਦਰ ਹੈਗਾ ਪੰਜਾਬੀ, ਮੈਂ ਫੇਸਬੁੱਕ 'ਤੇ ਵੀ ਸੀ ਪਾਇਆ ਹੈਗਾ, ਉਹਦਾ ਫੋਨ ਨੰਬਰ ਹੈਗਾ 9781414118 ਅਤੇ ਉੱਥੋਂ ਤੁਸੀਂ ਕਰ ਸਕਦੇ ਹਾਂ। ਅਸੀਂ ਆਮ ਤੌਰ 'ਤੇ ਪਾਉਂਦੇ ਰਹੀਦਾ ਕਿ ਜੇ ਬਾਹਰਲੀ ਜਿਹੜੀ ਹੈਗੀ ਆਪਣੇ ਆਸਟ੍ਰੇਲੀਆ ਦੇ ਵਿੱਚ ਕੁਲਜੀਤ ਸਿੰਘ ਖੋਸਾ, ਠੀਕ ਹੈ, ਅਤੇ ਉਹਨਾਂ ਨੂੰ ਆਪਣੇ ਫੇਸਬੁੱਕ 'ਤੇ ਵੀ ਨੇ, ਅਸੀਂ ਵੈਸੇ ਮੈਂ ਪਾਉਂਦਾ ਰਹਿੰਦਾ ਜਿਹੜੇ ਆਪਣੀ ਇਨਫੋਰਮੇਸ਼ਨ। ਤੁਹਾਨੂੰ ਜੇ ਕਿਸੇ ਨੇ ਫੇਸਬੁੱਕ 'ਤੇ ਲੱਭਣਾ ਤਾਂ ਕੀ ਟਾਈਪ ਕਰੇ? ਸੁਰਜੀਤ ਸਿੰਘ, ਸੁਰਜੀਤ ਸਿੰਘ ਇਕੱਲੇ, ਹਾਂ, ਅਤੇ ਸੁਰਜੀਤ ਸਿੰਘ ਅਤੇ ਮੇਰੀ ਆਪਣੀ ਆਈ ਡੀ ਹੈ, ਅਤੇ ਇਸ ਤਰ੍ਹਾਂ ਦੀ ਮੈਂ ਉਹ ਪਿੱਛੇ ਪੰਜਾਬ ਦੇ ਟੈਂਪੂ ਜਿਹੇ ਦੇ ਬੈਠਾ ਪਿੱਛੇ ਚੜ ਕੇ ਬਹੁਤ ਵਧੀਆ ਜੀ। ਅੱਛਾ, ਮੈਂ ਕਿਤਾਬ ਦੇ ਵਿੱਚੋਂ ਇੱਕ ਦੋ ਗੱਲਾਂ ਹੋਰ ਜ਼ਰੂਰੀ ਸਮਝ ਲੈਣੀ ਕਰਨੀਆਂ ਜੀ। ਅਲਾਹੀ ਰਿਸ਼ਤਾ ਇੱਕ ਤੁਹਾਡਾ ਉਹਦੇ ਵਿੱਚ ਮੈਂ ਪੜ੍ਹਿਆ ਜੀ, ਉਹ ਕਿਸੇ ਸੇਲਜ਼ਮੈਨ ਦੀ ਕਹਾਣੀ ਸੀ ਜੀ। ਉਹ ਕੀ ਮਤਲਬ, ਸੱਚੀ ਵਾਪਰੀ ਕਹਾਣੀ? ਹਾਂ, ਮੇਰਾ ਨਾ ਆਪਣੀ, ਮੇਰੀ ਆਪਣੀ ਕਹਾਣੀ ਆ, ਜਿਹੜੀ ਮੇਰੀ ਆਪਣੀ ਕਹਾਣੀ ਮੈਂ ਆਪਣੀ ਲਿਖਦਾ, ਠੀਕ ਹੈ, ਜਿਹੜੀ ਕਿਸੇ ਦੀ ਉਹ ਫਿਰ ਮੈਂ ਇਸ ਤਰ੍ਹਾਂ ਲਿਖਦਾ। ਮੈਂ ਇਸ ਤਰ੍ਹਾਂ ਗਿਆ ਲੁਧਿਆਣੇ 2007 ਦੀ ਗੱਲ ਆ। ਅੱਛਾ ਜੀ, ਅਤੇ ਮੈਂ ਗਿਆ ਅਤੇ ਉੱਥੇ ਮੈਂ ਸ਼ਾਪਿੰਗ ਕਰ ਰਿਹਾ ਸੀਗਾ ਅਤੇ ਜਿੱਦਾਂ ਹੁੰਦਾ ਜੋੜੇ ਵਗੈਰਾ ਲੈਣੇ ਸੀਗੇ, ਮੈਂ ਕਿਹਾ ਚਲੋ ਲਓ ਹੈ ਨਾ, ਮੈਂ ਲਏ ਅਤੇ ਮੈਨੂੰ ਸੇਲਸਮੈਨ ਉਹ ਬੜਾ ਵਧੀਆ ਜਿਹਾ ਲੱਗਿਆ। ਮੈਂ ਕਿਹਾ ਮੁੰਡੇ ਨੂੰ ਕਿਹਾ, ਮੈਂ ਕਿਹਾ ਯਾਰ ਇਸ ਤਰ੍ਹਾਂ ਮੈਨੂੰ ਦੋ ਜੁੱਤੀਆਂ ਹੋਰ ਦੇ ਦੇ। ਅੱਛਾ, ਉਹ ਕਹਿੰਦਾ ਸਰਦਾਰ ਜੀ ਕਿਹੜੀਆਂ? ਮੈਂ ਕਿਹਾ ਮੈਂ ਨਹੀਂ ਕਹਿਣਾ, ਜਿਹੜੀਆਂ ਤੈਨੂੰ ਚੰਗੀਆਂ ਲੱਗਦੀਆਂ ਉਹ ਲਿਆ ਦੇ, ਤੇਰੀ ਪਸੰਦ, ਤੇਰੀ ਪਸੰਦ ਦੀਆਂ, ਤੇਰੇ ਹੀ ਪੈਸੇ, ਨਾ ਮੈਂ ਤੇਰੇ ਨਾਲ ਕੋਈ ਨੈਗੋਸ਼ੀਏਟ ਕਰਨਾ, ਨਾ ਮੈਂ ਤੈਨੂੰ ਕੋਈ ਕਹਿਣਾ, ਵੀ ਜੋ ਤੈਨੂੰ ਚੰਗਾ ਲੱਗਦਾ ਉਹੀ ਤੂੰ ਲਿਆ। ਠੀਕ ਹੈ, ਉਹ ਵਿਚਾਰਾ ਉੱਪਰ ਭੱਜਿਆ ਗਿਆ, ਉਹਨੇ ਮੈਨੂੰ ਲਿਆ ਕੇ ਦਿੱਤੇ ਦੋ ਜੋੜੇ, ਹੈ ਨਾ, ਅਤੇ ਉਹਨੇ ਦੇਖਿਆ ਕਿ ਇਹ ਕਿਹੋ ਜਿਹਾ ਬੰਦਾ ਯਾਰ, ਭਈ ਨਾ ਇਹਨੇ ਮੈਨੂੰ ਮੈਨੂੰ ਪ੍ਰਾਈਸ ਕੀਤੀ, ਉੱਥੇ ਤਾਂ ਲੋਕੀ ਛੋਟੀ ਛੋਟੀ ਗੱਲ ਤੇ ਪੈਸੇ ਕਰਦੇ ਨੇ, ਤੇ ਇਹ ਮੇਰੀ ਮਰਜ਼ੀ ਦੀ ਦੁਕਾਨ ਚੋਂ ਬਾਹਰ ਨਿਕਲ ਜਾਂਦੇ ਆ, ਫਿਰ ਹੱਕਾਂ ਮਾਰਦਾ, ਫਿਰ ਉਹ ਕਹਿੰਦਾ ਆ ਜਾ ਮੋੜ ਲਾ, ਮੈਂ ਮਾਲਕ ਆ, ਮੈਂ ਤਾਂ ਕੰਮ ਕਰਨ ਵਾਲਾ ਬੰਦਾ ਆ, ਉਹ ਸੀ ਵੀ ਬਿਹਾਰ ਦਾ। ਅੱਛਾ ਜੀ, ਤੇ ਇਹਨੇ ਮੈਨੂੰ ਕਿੰਨਾ ਨਾ ਉਹਨੂੰ ਜਿੱਦਾਂ ਨਾ ਪਿਆਰ ਮਿਲਿਆ, ਜਿੱਦਾਂ ਕਹਿ ਲਓ ਵੀ ਉਹਦੀ, ਉਹਨੇ ਦੇਖਿਆ ਕਿ ਇਨਸਾਨ ਨੇ ਮੇਰੀ ਕਦਰ ਕੀਤੀ, ਕਦਰ ਕੀਤੀ, ਕਦਰ ਕੀਤੀ। ਮੈਂ ਬਹੁਤ ਵਾਰੀ ਲੈਦਾ ਹੁੰਦਾ ਤੁਹਾਡੇ ਦੁਆਲੇ ਜਿਹੜੇ ਛੋਟੇ ਛੋਟੇ ਕੰਮ ਕਰਨ ਵਾਲੇ ਆ, ਸਾਨੂੰ ਉਹਨਾਂ ਨੂੰ ਉਹਨਾਂ ਨੂੰ ਸਤਿਕਾਰ ਦੇਣਾ ਬਣਦਾ, ਹੈ ਨਾ, ਮੇਰੇ ਮੇਰੀ ਆਦਤ ਆ ਕੁਦਰਤੀ, ਚਾਹੇ ਕੋਈ ਨਿੱਕਾ ਜਿਹਾ ਮੈਂ ਉਹਨੂੰ ਵੀ ਕੋਸ਼ਿਸ਼ ਕਰਦਾ। ਅੱਛਾ, ਜਦੋਂ ਉਹਨੂੰ ਮੈਂ ਇਸ ਤਰ੍ਹਾਂ ਕੀਤਾ, ਉਹ ਮੈਨੂੰ ਕਹਿੰਦਾ, ਫਿਰ ਉਹਨੇ ਆਪਣੀ ਕਹਾਣੀ ਸੁਣਾਉਣ ਲੱਗ ਗਿਆ ਜ਼ਿੰਦਗੀ ਦੀ। ਅੱਛਾ, ਕਹਿੰਦਾ ਜੀ ਮੇਰਾ ਦੁਨੀਆਂ 'ਤੇ ਕੋਈ ਨਹੀਂ ਹੈਗਾ, ਨਾ ਮਾਂ ਬਾਪ, ਨਾ ਭੈਣ, ਨਾ ਭਰਾ, ਵਿਆਹ ਤਾਂ ਵਿਚਾਰੇ ਦਾ ਕਿੱਥੋਂ ਹੋਣਾ, ਨਾ ਕੋਈ ਨਹੀਂ, ਮੈਂ ਬਸ ਇਕੱਲਾ ਹੀ ਹਾਂ, ਨਾ ਮੇਰਾ ਕੋਈ ਯਾਰ ਦੋਸਤ ਆ, ਨਾ ਕੋਈ ਮੈਨੂੰ, ਹੈ ਨਾ। ਅੱਛਾ ਜੀ, ਉਹ ਮੈਨੂੰ ਕੁਦਰਤੀ ਗੁਰਬਾਣੀ ਦੀ ਇੱਕ ਲਾਈਨ ਚੇਤੇ ਆ ਗਈ ਜੀ। ਮੈਂ ਕਿਹਾ ਵੀ ਜਿਸ ਕਾ ਨਾ ਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਜੀ। ਉਹ ਵਿਚਾਰੇ ਨੂੰ ਕਿੱਥੇ ਪਤਾ ਲੱਗਣਾ ਸੀ ਗੁਰਬਾਣੀ ਦਾ ਕੀ ਮਤਲਬ ਆ ਜੀ। ਉਹ ਕਹਿੰਦਾ ਜੀ ਇਹਦਾ ਕੀ ਮਤਲਬ ਹੁੰਦਾ? ਮੈਂ ਕਿਹਾ ਜੀ ਉਹ ਇਸ ਤਰ੍ਹਾਂ ਹੁੰਦਾ ਵੀ ਜਿਸ ਕਾ ਕੋਈ ਨਹੀਂ ਹੋਤਾ ਨਾ ਉਸ ਕਾ ਵੋ ਭਗਵਾਨ ਹੋਤਾ ਹੈ। ਉਹ ਰੋਣ ਲੱਗ ਗਿਆ ਜੀ, ਬੜਾ ਰੋਇਆ ਉਹ। ਫਿਰ ਮੈਂ ਉਹਨੂੰ ਗਲੇ ਲਾਇਆ ਜੀ,
ਤੇ ਉਹ ਹੁਣ ਲਾਲਾ ਸੀ ਦੁਕਾਨ ਦੇ ਉੱਤੇ ਉਹ ਵਿਚਾਰਾ ਖਿਜੀ ਜਾਵੇ ਟਾਈਮ ਵੇਸਟ ਹੋ ਰਿਹਾ ਪੇਨੇ ਚਾਰ ਜਾਂ ਜੁੱਤੀਆਂ ਵੇਚ ਦੇਣੀਆਂ ਸੀਗੀਆਂ ਤੇ ਫਿਰ ਉਹਨੂੰ ਭੁੱਲ ਗਿਆ ਵੀ ਮੈਂ ਕਿੱਥੇ ਕੰਮ ਕਰ ਰਿਹਾ ਫਿਰ ਉਹ ਮੈਨੂੰ ਆਪ ਹੀ ਨਾਲ ਆਇਆ ਮੈਨੂੰ ਕਾਰ ਤੇ ਛੱਡਣ ਆਇਆ ਬਾਹਰ ਆਪ ਲੈ ਕੇ ਸਾਰਾ ਕੁਛ ਚੱਕ ਕੇ ਫਿਰ ਮੈਂ ਉਹਨੂੰ ਜੱਫੀ ਪਾਈ ਪਿਆਰ ਦਿੱਤਾ ਤੇ ਮੈਂ ਕਿਹਾ ਵੀ ਭਾਵੇਂ ਮੈਂ ਤੈਨੂੰ ਮਿਲਾਂ ਨਾ ਮਿਲਾਂ ਪਰ ਤੂੰ ਐ ਸੋਚਣਾ ਸਾਰੀ ਜ਼ਿੰਦਗੀ ਕਿ ਤੇਰਾ ਕੋਈ ਭਰਾ ਕਿਤੇ ਬੈਠਾ ਤੁਹਾਡੀ ਕਿਤਾਬ ਦੇ ਵਿੱਚੋਂ ਉਹ ਹੈਗਾ ਜੀ ਰਿਸ਼ਤਿਆਂ ਦੀ ਪਵਿੱਤਰਤਾ ਭਾਬੀ ਤੇ ਸਾਲੇ ਦੀ ਇੱਕ ਗੱਲਬਾਤ ਉਹ ਜ਼ਰੂਰ ਦੱਸੋ ਜ਼ਰੂਰ ਉਹ ਮੈਂ ਇਸ ਤਰ੍ਹਾਂ ਹੈਗਾ ਨਾ ਛੋਟੇ ਹੁੰਦਿਆਂ ਤੋਂ ਹੀ ਨਾ ਆਪਣੇ ਤੁਸੀਂ ਪੰਜਾਬੀ ਜਿੰਨੇ ਵੀ ਤੁਸੀਂ ਗੀਤ ਲੈ ਲਓ ਜੀ ਜੇ ਮੈਂ ਫਰੈਂਕ ਉਹਨੂੰ ਫਰੈਂਕਲੀ ਵੀ ਗੱਲ ਕਰਾਂ ਹਾਂਜੀ ਭਾਬੀ ਨੂੰ ਅਸੀਂ ਇਸ ਤਰ੍ਹਾਂ ਰੱਖਿਆ ਹੋਇਆ ਵੀ ਜਿਵੇਂ ਉਹ ਦਿਓਰ ਦੇ ਵਾਸਤੇ ਵਿਆਹ ਕੇ ਆਈ ਹੁੰਦੀ ਆ ਬਿਲਕੁਲ ਜੀ ਟੋਏ ਜਿਹਾ ਸਮਝ ਟੋਏ ਇੱਕ ਖਿਡੌਣਾ ਜਿਹਾ ਸਮਝ ਲਿਆ ਪਰ ਅਸੀਂ ਭਾਬੀ ਨੂੰ ਅਸੀਂ ਉਹਦਾ ਪਿਛੋਕੜ ਭੁਲਾ ਦਿੱਤਾ ਕਿ ਉਹ ਕਿਸੇ ਦੀ ਧੀ ਵੀ ਆ ਕਿਸੇ ਦੀ ਭੈਣ ਵੀ ਆ ਤਾਂ ਹੀ ਸੋਰੀ ਕਿਸੇ ਦੀ ਆਈ ਆ ਨਾ ਤੇ ਉਹ ਭਾਬੀ ਆ ਜਾ ਭਾਬੀ ਝੂਠ ਲਾ ਪੀ ਗਲਾਰੇ ਲੈਂਦੀ ਇਸ ਤਰ੍ਹਾਂ ਦੇ ਪੁਰਾਣੇ ਬੜੇ ਗੀਤ ਹੁੰਦੇ ਸੀ ਉਹਨੂੰ ਨਾ ਹਰੇਕ ਹੀ ਬੰਦੇ ਨੇ ਉਹਨੂੰ ਇਸ ਤਰ੍ਹਾਂ ਸ਼ੁਰੂ ਕੀਤਾ ਉਹਦੇ ਹਸਬੈਂਡ ਨੂੰ ਜਾਂ ਉਹਦੇ ਘਰ ਵਾਲੇ ਨੂੰ ਤਾਂ ਅਸੀਂ ਬਿਲਕੁਲ ਹੀ ਕਰਦਾ ਕਿ ਬੰਦਾ ਹੀ ਨਹੀਂ ਹੈਗਾ ਸਿਰਫ ਦਿਓਰੀ ਆ ਦਿਓਰੀ ਤੇ ਭਾਬੀ ਦਾ ਰਿਸ਼ਤਾ ਉਹ ਮੇਰਾ ਇਸ ਤਰ੍ਹਾਂ ਜਦੋਂ ਮੈਂ ਆਪਣੇ ਭੈਣ ਦੇ ਸਹੁਰੇ ਗਿਆ ਨਾ ਛੋਟਾ ਜਿਹਾ ਉਹ ਮੇਰੀ ਭੈਣ ਨੂੰ ਕਿਸੇ ਨੇ ਭਾਬੀ ਕਹਿ ਕੇ ਆਵਾਜ਼ ਮਾਰੀ ਮੈਨੂੰ ਬੜਾ ਦੁੱਖ ਲੱਗਿਆ ਬੁਰਾ ਜਿਹਾ ਲੱਗਿਆ ਬੁਰਾ ਲੱਗਿਆ ਕਿ ਮੇਰੀ ਭੈਣ ਨੂੰ ਭਾਬੀ ਕਹਿ ਗਿਆ ਕੋਈ ਅੱਛਾ ਉਹ ਫਿਰ ਹੁਣ ਜਦੋਂ ਵੱਡੇ ਹੋਏ ਸਮਝ ਲੱਗੀ ਕਿ ਭਾਬੀ ਦਾ ਰਿਸ਼ਤਾ ਤਾਂ ਮਤਲਬ ਜਿਹੜਾ ਭਾਬੀ ਕੋ ਕਹਿੰਦਾ ਆ ਉਹਦਾ ਤਾਂ ਘਰ ਵਸਿਆ ਤੁਹਾਡੀ ਧੀ ਜਾਂ ਤੁਹਾਡੀ ਭੈਣ ਕਿਸੇ ਦੇ ਘਰੇ ਵਿਆਹੀ ਗਈ ਉਹਦਾ ਘਰ ਵਸਿਆ ਉਹਦੇ ਘਰ ਵਾਲਾ ਸੀ ਤਾਂ ਹੀ ਉਹਨੂੰ ਉਹਦੀ ਜਿਹੜੇ ਭੈਣ ਭਰਾ ਨੇ ਉਹਦੇ ਉਹਨਾਂ ਨੇ ਉਹਨਾਂ ਨੂੰ ਭਾਬੀ ਕਹਿਣਾ ਨਾ ਹਾਂਜੀ ਉਹ ਫਿਰ ਮੈਨੂੰ ਲੱਗਿਆ ਕਿ ਭਾਬੀ ਦਾ ਰਿਸ਼ਤੇ ਨੂੰ ਅਸੀਂ ਇਸ ਲਫ਼ਜ਼ ਨੂੰ ਇੰਨਾ ਗੰਦਾ ਕਰ ਦਿੱਤਾ ਜਾਂ ਅਸੀਂ ਇਹਦੀ ਇੰਨੀ ਪਵਿੱਤਰਤਾ ਨੂੰ ਖਤਮ ਕਰ ਹੋਰ ਬਹੁਤ ਲਫ਼ਜ਼ ਮੈਂ ਲਿਖਦਾ ਹੈਗਾ ਪੰਜਾਬੀ ਦੇ ਲਫ਼ਜ਼ਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੂੰ ਸਾਹ ਹੀ ਨਹੀਂ ਲੈਣਾ ਮਿਲਦਾ ਅਸੀਂ ਉਹਨਾਂ ਨੂੰ ਇੰਨੇ ਗੰਦੇ ਕਰ ਦਿੱਤਾ ਬਿਲਕੁਲ ਹੈਨਾ ਤੇ ਇਸ ਤਰ੍ਹਾਂ ਸਾਲਾ ਲਫ਼ਜ਼ ਜਿਹੜਾ ਦੂਜਾ ਗਾਲ ਬਣਾਤੀ ਮੈਂ ਕੱਲ੍ਹ ਵੀ ਲਿਖਣ ਲੱਗਿਆ ਸੀਗਾ ਵੀ ਮੈਨੂੰ ਸਾਲਾ ਅਤੇ ਸਾਲੀ ਜੀ ਵੀ ਇਹ ਲਫ਼ਜ਼ ਸਿਰਫ ਗਾਲ ਕੱਢਣ ਲਈ ਬਣੇ ਆ ਜਾਂ ਕਿਸੇ ਨੂੰ ਨਿਗਲੈਕਟ ਕਰਨ ਲਈ ਬਣੇ ਆ ਜਾਂ ਇਹ ਕੋਈ ਰਿਸ਼ਤੇ ਦੀ ਪਵਿੱਤਰਤਾ ਵੀ ਹਜੇ ਰਹਿ ਗਈ ਅਸੀਂ ਛੱਡਿਆ ਹੀ ਨਹੀਂ ਇਹਦੇ ਵਿੱਚ ਉਹ ਇੱਕ ਦਿਨ ਮੇਰਾ ਆਪਣਾ ਮੁੰਡਾ ਕਹਿੰਦਾ ਅਮਰਤ ਕਹਿੰਦਾ ਮੇਰੇ ਸਾਲਾ ਸਾਹਿਬ ਆ ਰਹੇ ਨੇ ਜੀ ਉਹ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਤੂੰ ਯਾਰ ਸਾਲਾ ਕਹੀ ਜਾਂਦੇ ਇਹਨੂੰ ਉਹ ਕਹਿੰਦਾ ਇਦੋਂ ਪਵਿੱਤਰ ਰਿਸ਼ਤਾ ਹੋਰ ਕਿਹੜਾ ਹੋ ਸਕਦਾ ਮੇਰੀ ਵਾਈਫ ਦਾ ਭਰਾ ਆ ਤੇ ਮੇਰਾ ਸਾਲਾ ਸਾਹਿਬ ਆ ਮੈਂ ਸਾਹਿਬ ਕਹਿ ਕੇ ਬੁਲਾਇਆ ਕਿ ਇਹ ਕਿੰਨਾ ਪਵਿੱਤਰ ਰਿਸ਼ਤਾ ਸਾਡੇ ਕਿੰਨੀ ਨੇੜਤਾ ਆ ਮੈਂ ਸੋਚਿਆ ਵੀ ਇਹ ਹੁੰਦੀ ਆ ਲਫ਼ਜ਼ਾਂ ਦੀ ਪਵਿੱਤਰਤਾ ਇਹ ਹੁੰਦਾ ਰਿਸ਼ਤਾ ਇਹ ਤਾਂ ਹੀ ਸਾਡਾ ਪਿਆਰ ਵਧੂਗਾ ਜੇ ਅਸੀਂ ਜੇ ਲਫ਼ਜ਼ਾਂ ਨੂੰ ਗੰਦੇ ਕਰ ਦਿੱਤੇ ਤੇ ਉਹ ਫਿਰ ਰਿਸ਼ਤਾ ਵੀ ਗੰਦਾ ਸਾਡਾ ਹੋ ਜਾਣਾ ਬਿਲਕੁਲ ਹਨਾ ਇਸ ਕਰਕੇ ਸਾਨੂੰ ਲਫ਼ਜ਼ਾਂ ਨੂੰ ਪਵਿੱਤਰ ਜ਼ਰੂਰ ਬਹੁਤ ਕਮਾਲ ਦੀ ਗੱਲ ਸੀਗੀ ਜਿਹਦੇ ਵਿੱਚ ਫੈਸ਼ਨ ਬਾਰੇ ਦੱਸੋ ਜੀ ਤੁਸੀਂ ਹੁਣ ਇੰਡੀਆ ਹੁਣੇ ਜਾ ਕੇ ਆਏ ਹੋ ਜੀ ਫੈਸ਼ਨ ਪ੍ਰਸਤੀ ਦੇ ਵਿੱਚ ਸਾਡਾ ਸਮਾਜ ਬਹੁਤ ਡੂੰਘਾ ਉਤਰਦਾ ਜਾ ਰਿਹਾ ਜੀ ਤੇ ਉੱਥੇ ਮੈਂ ਵੀ ਲੇਟਲੀ ਇੰਡੀਆ ਜਾ ਕੇ ਆਇਆ ਜੀ ਤਾਂ ਮੈਨੂੰ ਸਗੋਂ ਇਹ ਫੀਲ ਹੋਇਆ ਮੇਰੀ ਆਪਣੀ ਇਹ ਸੋਚ ਇਵੇਂ ਰਿਹਾ ਕਿ ਅਸੀਂ 30 ਸਾਲ ਪਹਿਲਾਂ ਕੈਨੇਡਾ ਆ ਗਏ ਸਾਡਾ ਬ੍ਰੇਨ ਉੱਥੇ ਹੀ ਸਟੱਕ ਆ ਇੰਡੀਆ ਬਾਰੇ ਪਰ ਉੱਥੇ ਬਹੁਤ ਕੁਛ ਬਦਲ ਗਿਆ ਜੀ ਤਾਂ ਉਹਦੇ ਬਾਰੇ ਫੈਸ਼ਨ ਬਾਰੇ ਦੱਸੋ ਥੋੜ੍ਹਾ ਜਿਹਾ ਦੇਖੋ ਫੈਸ਼ਨ ਨੂੰ ਆਪਾਂ ਨੂੰ ਪਿੱਛੇ ਜਾਣਾ ਪਊਗਾ ਫੈਸ਼ਨ ਲੋਕ ਕਰਦੇ ਕਿਉਂ ਆ ਜੀ ਫੈਸ਼ਨ ਦਾ ਮਤਲਬ ਹੁੰਦਾ ਅਟੈਂਸ਼ਨ ਜੀ ਅਸੀਂ ਲੋਕ ਸੋਹਣਾ ਦੇਖੋ ਸੋਹਣਾ ਬੰਦਾ ਤਾਂ ਬੰਦੇ ਦੀ ਸ਼ਕਲ ਨਹੀਂ ਬਦਲ ਸਕਦੀ ਜੀ ਉਦੋਂ ਲੇਪੀ ਕਰ ਲਓ ਜੋ ਮਰਜ਼ੀ ਕਰ ਲਓ ਬੰਦੇ ਦੀ ਉਹੀ ਸ਼ਕਲ ਰਹਿਣੀ ਬੰਦਾ ਸੋਹਣਾ ਉਦੋਂ ਹੋ ਨਹੀਂ ਸਕਦਾ ਜੀ ਬੰਦਾ ਸੋਹਣਾ ਨਾ ਹੋਣ ਦੀ ਬਜਾਏ ਬੰਦਾ ਕਿਉਂਕਿ ਦੁਨੀਆ ਇੰਨੀ ਹੋ ਗਈ ਆ ਬੰਦਾ ਕਹਿੰਦਾ ਕਿ ਮੈਨੂੰ ਅਟੈਂਸ਼ਨ ਮੇਰੇ ਵੱਲ ਅਟੈਂਸ਼ਨ ਹੋਵੇ ਸਾਡੀ ਜਿਹੜੀ ਸਾਰੀ ਅਟੈਂਸ਼ਨ ਆ ਚਾਹੇ ਕੋਈ ਵੱਡਾ ਘਰ ਰਹਿੰਦਾ ਚਾਹੇ ਕੋਈ ਵੱਡੀ ਕਾਰ ਲੈਂਦਾ ਉਹ ਤਾਂ ਮਹਿੰਗੀਆਂ ਗੱਲਾਂ ਨੇ ਪਰ ਜਿਹੜੀ ਸਭ ਤੋਂ ਸਾਡੀ ਪਹਿਲੀ ਅਪਰੋਚ ਆ ਉਹ ਹੈਗੀ ਫੈਸ਼ਨ ਕੱਪੜੇ ਅਸੀਂ ਆਪਣੇ ਇਸ ਤਰ੍ਹਾਂ ਡਰੈਸ ਕਰਨਾ ਕਿ ਲੋਕ ਮੇਰੇ ਵੱਲ ਨੂੰ ਅਟੈਂਸ਼ਨ ਪੇ ਕਰਨ ਖਾਸ ਕਰਕੇ ਤੁਸੀਂ ਪਾਰਟੀਆਂ ਤੇ ਚਲ ਜਾਓ ਲੋਕ ਹਜ਼ਾਰਾਂ ਡਾਲਰਾਂ ਦੇ ਸੂਟ ਪਾਉਂਦੇ ਨੇ ਮੈਂ ਕਹਿੰਦਾ ਹੁੰਦਾ ਸੀ ਕਿ ਜੇ ਕਿ ਨਾ ਕਿ ਤੁਹਾਡੇ ਵਰਗਾ ਸੂਟ ਲੇਡੀ ਖਾਸ ਕਰਕੇ ਲੇਡੀਜ਼ ਬਹੁਤਾ ਜਿਹੜੇ ਜਿੰਨੇ ਵੀ ਸਟੋਰ ਨੇ ਜਾਂ ਜਿੰਨੇ ਵੀ ਫੈਸ਼ਨ ਆ ਬਹੁਤਾ ਜਿਹੜਾ ਜਿਹੜੀ ਇੰਡਸਟਰੀ ਆ ਉਹ ਔਰਤ ਦੇ ਦੌਲੇ ਘੁੰਮਦੀ ਆ ਤੇ ਇਹ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਜਾਂ ਕੁਛ ਵੀ ਉਹ ਫੈਸ਼ਨ ਬਣਾਉਂਦੇ ਨੇ ਫੈਸ਼ਨ ਸ਼ੋਅ ਚੱਲਦੇ ਨੇ ਉਹਨਾਂ ਦਾ ਲੋਕਾਂ ਨੂੰ ਤੁਹਾਨੂੰ ਲੁੱਟਣਾ ਆ ਪੈਸੇ ਨਾਲ ਲੁੱਟਣਾ ਹੈਗਾ ਹੁਣ ਤਾਂ ਅਸੀਂ ਇਹ ਦੇਖਣਾ ਕਿ ਇਹਦੀ ਜ਼ਰੂਰਤ ਵੀ ਹੈ ਕਿ ਨਹੀਂ ਹੈ ਹੁਣ ਤੁਸੀਂ ਪਾਰਟੀ ਚਲ ਜਾਓ ਉੱਥੇ ਚਾਰ ਜਣਿਆਂ ਦੇ ਸੇਮ ਹੀ ਕੱਪੜੇ ਪਾਏ ਹੋਏ ਆ ਤੇ ਤੁਹਾਡੇ ਪੈਸੇ
ਖਰਚੇ ਦਾ ਉਹ ਬੰਦਾ ਉਹ ਜੈਲਸੀ ਹੋ ਜਾਂਦੀ, ਇੱਕ ਦੂਜੇ ਨਾਲ ਸਾੜਾ ਹੋ ਜਾਂਦਾ ਕਿ ਇਹਨੇ ਮੇਰਾ ਸੇਮ ਸੂਟ ਪਾਇਆ ਹੋਇਆ। ਅਤੇ ਇੱਥੇ ਤਾਂ ਸਾਡੇ ਸਰੀਰ ਦੇ ਵਿੱਚ ਘਟਨਾ ਵਾਪਰੀ, ਮੈਂ ਇੱਥੇ ਵਿੱਚ ਜ਼ਿਕਰ ਕਰਾਂ। ਇੱਕ ਲੜਕੀ ਦਾ ਵਿਆਹ ਹੋਇਆ, ਵਿਆਹ ਤੋਂ 2 ਮਹੀਨੇ ਬਾਅਦ ਉਹ ਕਿਸੇ ਦੇ ਹੋਰ ਦੀ ਵਿਆਹ ਦੀ ਪਾਰਟੀ 'ਤੇ ਚਲੀ ਗਈ ਅਤੇ ਉਹਨੇ ਆਪਦੇ ਵਿਆਹ ਦੀ ਪਾਰਟੀ ਵਾਲਾ ਬ੍ਰਾਈਡਲ ਲਹਿੰਗਾ ਸੀ ਉਹਨੇ ਉਹ ਪਾ ਲਿਆ। ਹੁਣ ਜਿਹੜੇ ਕੁੜੀ ਦੇ ਵਿਆਹ 'ਤੇ ਗਈ ਉਹਦਾ ਲਹਿੰਗਾ ਉਹਦੇ ਨਾਲ ਸਸਤਾ ਸੀ ਤੇ ਉਹਨਾਂ ਨੇ ਕੁੱਟੀ ਕੁੜੀ, ਮਤਲਬ ਲੜਾਈ ਹੋਈ ਤੇ ਉਹ ਕਹਿੰਦੇ ਵੀ ਤੂੰ ਸਾਡੀ ਬੇਇੱਜ਼ਤੀ ਕਰਨ ਲਈ ਇਹ ਮਹਿੰਗਾ ਲਹਿੰਗਾ ਪਾ ਕੇ ਆਈ। ਹੁਣ ਦੱਸੋ, ਹੁਣ ਤੁਸੀਂ ਦੇਖੋ ਸਮਾਜ ਦੇ ਵਿੱਚ ਇਹ ਗੱਲ ਕਿੱਥੇ ਤੱਕ ਚਲੀ ਗਈ, ਚਲ ਗਈ। ਮਤਲਬ ਫੈਸ਼ਨ ਪ੍ਰਸਤੀ ਦੀ ਵੀ ਇੱਕ, ਚਲੋ ਕੁਛ ਹੁੰਦਾ ਵੀ ਮਾੜਾ ਮੋਟਾ ਮੇਕਅਪ, ਮਤਲਬ ਆ ਵੀ ਕਿਸੇ ਚੀਜ਼ ਨੂੰ ਥੋੜਾ ਜਿਹਾ ਹੋਰ ਬੈਟਰ ਕਰ ਲੈਣਾ। ਇੱਕ ਇੱਕ ਹੁੰਦਾ ਪ੍ਰੈਜੈਂਟੇਬਲ। ਹਾਂਜੀ, ਹੁਣ ਆਪਾਂ ਇੰਟਰਵਿਊ ਤੇ ਆਏ ਆ, ਮੈਂ ਕੋਈ ਜ਼ਰੂਰੀ ਨਹੀਂ ਮੈਂ ਉਹਦੇ ਕੱਪੜੇ ਪਾਉਣਾ, ਪਰ ਮੈਂ ਪਾਇਆ ਵਿੱਚ ਚਲੋ ਆਪਾਂ ਕੈਮਰੇ ਦੇ ਉਮਰੇ ਬੈਠਣਾ ਜਾਂ ਤੁਸੀਂ ਬਾਹਰ ਲੋਕਾਂ ਦੇ ਵਿੱਚ ਬੈਠਣਾ ਤੇ ਉਦੋਂ ਤੁਹਾਨੂੰ ਸੱਭਿਅਕ ਬੰਦਾ ਚਾਹੀਦਾ, ਨਾ ਕਿ ਹੁਣ ਫੈਸ਼ਨ। ਤੁਸੀਂ ਅਫਰੀਕਾ ਚਲ ਜਾਓ, ਉੱਥੇ ਟ੍ਰਾਈਬ ਨੇ ਉਹ ਨੱਕ ਦੇ ਵਿੱਚ ਲੱਕੜ ਪਾਉਂਦੇ ਨੇ, ਆਮ ਸ਼ਾਇਦ ਫੋਟੋਆਂ ਕਿਤੇ ਉਹ ਜਿੱਡੀ ਵੱਡੀ ਨੱਕ ਦੇ ਵਿੱਚ ਲੱਕੜ ਪਾ ਲਓ ਉਹਨਾਂ ਦੇ ਵਾਸਤੇ ਉਹਨਾਂ ਵਧੀਆ ਬੰਦਾ ਸੋਹਣਾ ਲੱਗਦਾ। ਕੰਨ ਉਹਨਾਂ ਦੇ ਪਾੜੇ ਹੁੰਦੇ ਨੇ, ਐਡੀਆਂ ਲੱਕੜਾਂ ਵਿੱਚ ਪਾਈਆਂ ਹੁੰਦੀਆਂ ਉਹਨਾਂ ਨੇ, ਕਿਉਂਕਿ ਫੈਸ਼ਨ ਬਦਲ ਜਾਂਦਾ। ਹਰ ਕਿਸੇ ਕੰਟਰੀ ਵਿੱਚ ਚਲ ਜਾਓ ਫੈਸ਼ਨ ਬਦਲ ਜਾਂਦਾ। ਤੇ ਮੈਂ ਸੋਚਦਾ ਇਹ ਮੈਂ ਲਫ਼ਜ਼ ਨਹੀਂ ਵਰਤਣਾ ਮੰਗਦਾ, ਹੈ ਭੇਡ ਚਾਲ ਇਹ। ਹਾਂਜੀ, ਤੇ ਅਸੀਂ ਖਾਸ ਕਰ ਪੰਜਾਬੀ, ਅਸੀਂ ਸਾਡੀ ਇੱਕ ਫਿਤਰਤ ਆ ਕਿ ਅਸੀਂ ਇੱਕ ਦੂਜੇ ਨੂੰ ਅੱਗੇ ਹੋਣਾ ਮੰਗਦੇ ਹਾਂ, ਹੈਨਾ। ਚੰਗੇ ਕੰਮ ਵਾਸਤੇ ਸਾਡੀ ਵੀ ਦੌੜ ਬਹੁਤ ਆ, ਬਹੁਤ ਸਕਸੈਸਫੁਲ ਆ ਅਸੀਂ ਦੁਨੀਆ ਦੇ ਵਿੱਚ, ਜਿੱਥੇ ਮਰਜ਼ੀ ਚਲ ਜਾਓ ਪੰਜਾਬੀਆਂ ਨੇ ਝੰਡੇ ਗੱਡੇ ਹੋਏ ਆ। ਪਰ ਇਹਦੇ ਨਾਲ ਨਾਲ ਇਸ ਅਸੀਂ ਆਪਣੇ ਵਿਚਾਰ ਨੂੰ ਮਾੜੇ ਕੰਮਾਂ ਤੋਂ ਹਟਾਉਣਾ ਕਿ ਇਹਦੇ ਪਿੱਛੇ ਨਾ ਅਸੀਂ ਇਹ ਨਹੀਂ ਸਾਡਾ ਇਹ ਸਾਡਾ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ, ਸਾਡਾ ਨੁਕਸਾਨ ਹੀ ਨੁਕਸਾਨ, ਕਿ ਸਟੋਰ ਵਾਲੇ ਤਾਂ ਵੇਚਣੀ ਚੀਜ਼ ਹਨ। ਅਸੀਂ ਇਸ ਚੀਜ਼ ਤੋਂ ਬਚੀਏ। ਸਾਡੇ ਗੁਰੂ ਸਾਹਿਬ ਨੇ ਮੈਂ ਅੱਗੇ ਲਿਖਿਆ ਸੀਗਾ ਕਿ ਕੱਪੜਾ ਦੇਖੋ ਫੈਸ਼ਨ ਦੇ ਵਿੱਚ, ਮੈਂ ਕਹਿੰਦਾ ਵੀ ਕੱਪੜਾ ਜੇ ਤੁਸੀਂ ਜਾ ਰਹੇ ਹੋ, ਇੱਕ ਔਰਤ ਜਾ ਰਹੀ ਹੈ ਚਾਹੇ ਮਰਦ ਵੀ ਜਾ ਰਿਹਾ, ਮੈਂ ਭਾਵੇਂ ਥੋੜ੍ਹਾ ਚੋਲਾ ਪਾਇਆ ਹੋਇਆ, ਮੈਂ ਉੱਥੇ ਉੱਥੇ ਲਿਖਿਆ ਵੀ ਆ ਕਿ ਤੁਹਾਡੇ ਧਾਰਮਿਕ ਲਿਬਾਸ ਆ। ਅਗਰ ਕਿਸੇ ਇਨਸਾਨ ਦੀ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਨਜ਼ਰ ਆ ਤੁਹਾਡੇ ਚਿਹਰੇ ਤੋਂ ਦੀ ਬਜਾਏ ਤੁਹਾਡੇ ਕਿਸੇ ਸਰੀਰ ਦੇ ਅੰਗ 'ਤੇ ਪੈਂਦੀ ਆ, ਫਿਰ ਤੁਸੀਂ ਗਲਤ ਕੱਪੜਾ ਪਹਿਨਿਆ ਹੋਇਆ। ਅੱਛਾ ਵੀਰ ਜੀ, ਆਪਣੇ ਕੋਲ 1 ਮਿੰਟ ਦਾ ਸਮਾਂ ਹੈਗਾ ਜੀ, ਤੁਸੀਂ ਕਿਤਾਬ ਦੀ ਰਿਲੀਜ਼ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਕਿ ਸਾਰਿਆਂ ਲਈ ਖੁੱਲ੍ਹਾ ਸੱਦਾ ਜੀ, ਉੱਥੇ ਫਿਰ ਤਰੀਕ ਅਤੇ ਸਥਾਨ ਦੁਆਰਾ ਦੱਸ। ਹਾਂ ਜ਼ਰੂਰ ਜੀ, ਆਪਣਾ ਪੰਜਾਬ ਭਵਨ ਫਰੇਜ਼ਰ ਹਾਈਵੇ 88 ਦੇ ਉੱਤੇ, ਉੱਥੇ ਜਿਨ੍ਹਾਂ ਨੇ ਵੀ ਆਉਣਾ ਹੋਵੇ ਉੱਥੇ ਸੁੱਖੀ ਵਾਰਡ ਨੂੰ ਉੱਥੇ ਕੁੜੀ ਨੂੰ ਹੈਗੀ ਉਹ ਕੰਮ ਕਰਦੀ, ਉਹਨਾਂ ਨੂੰ ਤੁਸੀਂ ਲਿਖਾ ਸਕਦੇ ਹੋ, ਆਪਣਾ ਨੰਬਰ ਦੇ ਸਕਦੇ ਹੋ, ਨਹੀਂ ਤਾਂ ਤੁਸੀਂ ਆਓ ਸਾਰੇ ਆਪਣਾ ਜਿਹੜਾ ਉੱਥੇ ਇਸ ਕਿਤਾਬ ਦੀ ਇਹਦੇ ਗੱਲਬਾਤ ਵੀ ਹੋਏਗੀ ਅਤੇ ਹਾਂ ਜੀ ਆਪਣੇ ਜਿਹੜੇ ਪੰਜਾਬੀ ਇੱਥੇ ਰਾਈਟਰ ਨੇ 3-4 ਉਹਨਾਂ ਕੋਲ ਕਿਤਾਬਾਂ ਚੱਲ ਗਈਆਂ, ਉਹ ਪੜ੍ਹਨਗੇ, ਆਪ ਦੱਸਣਗੇ ਕਿ ਕਿਸ ਤਰ੍ਹਾਂ ਇਹਦੇ ਵਿੱਚ ਕੀ ਗਲਤੀਆਂ ਨੇ, ਗਲਤੀਆਂ ਵੀ ਹਨ ਤੇ ਛੋਟੀਆਂ ਮੋਟੀਆਂ ਜਿਹੜੀਆਂ ਹੁੰਦੀਆਂ ਉਹ ਆਪਾਂ ਅਗਲੀ ਵਾਰੀ ਦੂਜੀ ਦੂਰ ਕਰਾਂਗੇ। ਜ਼ਰੂਰ ਜੀ ਜ਼ਰੂਰ, ਸਾਡਾ ਬਹੁਤ ਬਹੁਤ ਤੁਸੀਂ ਆਏ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਪ੍ਰਾਈਮ ਏਸ਼ੀਆ ਜੀ ਵੀ ਤੁਹਾਡਾ ਆਪਣਾ ਜੀ, ਜਦੋਂ ਤੁਹਾਡਾ ਟਾਈਮ ਹੋਵੇ ਤੁਸੀਂ ਜ਼ਰੂਰ ਆਓ ਅਤੇ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਨਾਲ ਪਾਓ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਜੀ, ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ, ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।